ਕੀ ਪੱਖ ਲੈਂਦਾ ਆ ਮੇਰੇ ਸਾਲੇ ਜੀ ਹੂਰੀ ਪਕਾਈ ਮਰ ਜਾਂਦੀ ਹੈ ਬੈਣਾ ਬੈਣਾ ਟਕਰਾ ਤੂੰ ਵੀ ਟਕਿਆ ਕੀ ਰਿਹਾ ਬੋਲ ਜੀ ਕਮੇ ਤੂੰ ਲੈ ਵੇ ਬਦਵਾਈ ਲੈ ਪੁੱਤਾ ਕੱਟ ਕੇ ਦੇ ਮਾ ਲੈ ਪੁੱਤਾ ਜੇ ਕੁਛ ਖਾਣ ਨੂੰ ਜੀ ਕਰੇ ਬੇਬੇ ਦੱਸ ਦੀ ਮੈਨੂੰ ਚੰਗਾ ਪੁੱਤ ਦੱਸ ਦੂੰ ਠੀਕ ਲੈ ਲਈ ਦਵਾਈ ਬੇਬੇ ਹਾਂ ਲੈ ਲਈ ਪੁੱਤ ਦਵਾਈ ਤਾਂ ਹੁਣ ਤਾਂ ਨਹੀਂ ਬਾਲੀ ਕਮਜ਼ੋਰੀ ਜੀ ਮਹਿਸੂਸ ਹੁੰਦੀ ਨਾ ਹੁਣ ਨਹੀਂ ਇੰਨੀ ਹੈਗੀ ਹੁਣ ਤਾਂ ਠੀਕ ਆ ਸੁਖਪਾਲ ਨੇ ਪੁੱਤ ਮੈਨੂੰ ਤਾਂ ਬਚਾ ਲਿਆ ਵਿਚਾਰੀ ਨੇ ਬਹੁਤ ਸੇਵਾ ਕਰਦੀ ਹੈ ਮੇਰੀ ਹਾਂ ਇਹ ਤਾਂ ਹੈ ਜੱਸੇ ਪੁੱਤ ਮੈਂ ਤਾਂ ਤੇਰੇ ਵਿਆਹ ਤੋਂ ਪਹਿਲਾਂ ਬਾਲੀ ਹੋਈ ਡਰਦੀ ਹੁੰਦੀ ਸੀ ਵੀ ਕਿਤੇ ਆਪਾਂ ਨੂੰ ਨੂੰਹ ਭੈੜੀ ਨਾ ਮਿਲ ਜੇ ਇਹ ਤਾਂ ਆਪਣੇ ਕਰਮ ਚੰਗੇ ਸੀ ਆਪਣੇ ਕਿਸਮਤ 'ਚ ਲਿਖੀ ਹੋਈ ਸੀ ਵਧੀਆ ਆ ਤੇਰੇ ਤਾਏ ਕੀ ਨੂੰਹ ਦਾ ਦੇਖ ਲੈ ਪੁੱਤ ਤੈਨੂੰ ਪਤਾ ਹੀ ਹੈ ਕਿਹੋ ਜੀ ਹੈ ਆਪਾਂ ਤਾਂ ਵਧੀਆ ਮਿਲ ਗਈ ਮੈਂ ਤਾਂ ਵਾਹਿਗੁਰੂ ਮੂਹਰੇ ਅਰਦਾਸਾਂ ਕਰਦੀ ਹੁੰਦੀ ਸੀ ਵੀ ਵਧੀਆ ਨੂੰਹ ਮਿਲ ਜੇ ਚੱਲ ਵਿਚਾਰੀ ਭੋਲੀ ਜੀ ਤਾਂ ਹੈਗੀ ਹੈ ਚੱਲ ਕੁਛ ਨਹੀਂ ਹੁੰਦਾ ਹਾਂ ਬੇਬੇ ਭੋਲੀ ਤਾਂ ਹੈਗੀ ਹੈ ਪਰ ਕਈ ਗੱਲਾਂ 'ਚ ਸਿਆਣਪ ਵੀ ਹੈਗੀ ਇਹਦੀ ਇਹਨੂੰ ਸਾਰਾ ਪਤਾ ਹੈ ਵੀ ਕਿਵੇਂ ਆਪਦੇ ਘਰ ਵਾਲੇ ਦੀ ਆਪਦੀ ਸੱਸ ਦੀ ਸੇਵਾ ਕਰਨੀ ਹੈ ਹਾਂ ਗੱਲ ਤਾਂ ਤੇਰੀ ਸਹੀ ਹੈ ਪੁੱਤ ਤੇਰੇ ਤਾਏ ਕਿਆਲੀ ਨੇ ਤਾਂ ਸਾਰਾ ਟੱਬਰ ਟਿੰਡੀ ਦੇ ਬੀਜ ਤੇ ਚੜਾ ਰੱਖਿਆ ਹੋਰ ਦਾਬਾ ਪਾ ਲਿਆ ਅਨੁਸਾਰ ਸਾਰੇ ਟੱਬਰ ਤੇ ਸਾਰਾ ਟੱਬਰ ਦੁਖੀ ਕਰਿਆ ਪਿਆ ਹੁਣ ਤਾਂ ਦੋ ਜਵਾਕ ਵੀ ਹੋ ਗਏ ਜਵਾਕ ਵੀ ਦੇਖ ਲੈ ਆਪਦੇ ਪਿਓ ਤੋਂ ਭੋਰਾ ਡਰਦੇ ਮਾਂ ਮੂਹਰੇ ਸਾਂ ਨਹੀਂ ਕੱਢਦੇ ਹੋਰ ਸਾਰੇ ਘਰ ਦੀ ਪ੍ਰਧਾਨ ਬਣੀ ਹੋਈ ਹੈ ਉਹ ਹੋਰ ਰਾਜੇ ਨੇ ਦੇਖ ਲੈ ਸਾਰੇ ਰਿਸ਼ਤੇਦਾਰਾਂ ਨੂੰ ਤੜਾਤਾ ਆਪਣੇ ਨਾਲ ਵੀ ਨਹੀਂ ਵਰਤਣ ਦਿੰਦੀ ਉਹ ਡਰਾਤਾ ਫਿਰ ਐ ਕਹਿੰਦੀ ਵੀ ਮੇਰੇ ਨਾਲ ਵਰਤ ਆਪਦਿਆਂ ਨਾਲ ਨਹੀਂ ਤੜਾਇਆ ਆਪਦਿਆਂ ਨਾਲ ਸਾਰਿਆਂ ਨਾਲ ਵਰਤਦੀ ਹੈ ਉਹ ਹਾਂ ਉਹ ਤਾਂ ਸਾਰੇ ਆਉਂਦੇ ਜਾਂਦੇ ਨੇ ਜਵਾਕਾਂ ਨੂੰ ਵੀ ਕਿਹਾ ਹੋਇਆ ਵੀ ਨਾਨਕਿਆਂ ਨਾਲ ਵਰਤਣਾ ਦਾਦਕਿਆਂ ਨਾਲ ਨਹੀਂ ਵਰਤਣਾ ਹੋਰ ਕੀ ਹੋ ਗਿਆ ਬੇਬੇ ਲੱਤਾਂ ਜੀਆਂ ਥੱਕ ਗਈਆਂ ਪਤਾ ਅੱਛਾ ਬਾਹਲਾ ਤੁਰਿਆ ਫਿਰਾ ਨਾ ਕਰ ਬੇਬੇ ਹਜੇ ਕਮਜ਼ੋਰੀ ਹੈ ਤੈਨੂੰ ਬੁਖਾਰ 'ਚ ਉੱਠੀ ਹੈ ਤੂੰ ਬਹਿ ਜਾ ਕੋਈ ਨਾ ਚੱਲ ਤੂੰ ਇੱਕ ਮਿੰਟ ਖੜ ਬੇਬੇ ਮੈਂ ਕੱਪੜੇ ਧਰਿਆ ਵਾਂ ਫਿਰ ਲੱਤਾਂ ਘੁੱਟਦੀਆਂ ਤੇਰੀਆਂ ਆ ਕੇ ਮੈਂ ਠੀਕ ਹੈ ਪੁੱਤਾਂ ਲੈ ਪੈ ਜਾ ਬੇਬੇ ਦੱਬਾ ਲੱਤਾਂ ਤੇਰੀਆਂ ਤੇ ਹੌਲੀ ਹੌਲੀ ਆਰਾਮ ਆਉਂਦਾ ਹੁੰਦਾ ਬੇਬੇ ਕਮਜ਼ੋਰੀ ਰਹਿੰਦੀ ਹੈ ਨਾਲੇ ਬੇਬੇ ਤੂੰ ਜ਼ਿਆਦਾ ਤੁਰਿਆ ਫਿਰਿਆ ਨਾ ਕਰ ਹਜੇ ਤੈਨੂੰ ਆਰਾਮ ਦੀ ਲੋੜ ਹੈ ਥੋੜ੍ਹੇ ਦਿਨ ਹੋਰ ਆਰਾਮ ਕਰ ਲੈ ਕੋਈ ਨਾ ਤੁਰਨ ਫਿਰਨ ਦਿੱਤੀ ਹੈ ਫਿਰ ਕੋਈ ਨਾ ਪੁੱਤ ਹੋਰ ਆਰਾਮ ਦੀ ਲੋੜ ਹੈਗੀ ਹੈ ਜੀ ਠੀਕ ਹੈ ਮੈਂ ਤਾਂ ਪੁੱਤ ਆਪਣੀ ਬੇਰੀ ਕੰਨੀ ਗੇੜਾ ਮਾਰਨ ਵਗ ਗਈ ਸੀ ਉੱਥੇ ਮੇਰਾ ਜੀਜਾ ਲੱਗ ਜਾਂਦਾ ਪੰਛੀ ਆਉਂਦੇ ਨੇ ਨਾ ਬੇਰੀ ਤੇ ਉਹਨਾਂ ਨੂੰ ਦੇਖ ਕੇ ਜੀ ਲੱਗ ਜਾਂਦਾ ਪੁੱਤ ਹਾਂ ਇਹ ਤਾਂ ਹੈ ਬੇਬੇ ਤੂੰ ਕਈ ਗੇੜੇ ਲਾ ਆਉਂਦੇ ਨਾ ਮੇਰੀ ਕੋਲੇ ਤਾਂ ਤੈਨੂੰ ਥਕਾਵਟ ਜੀ ਹੋ ਜਾਂਦੀ ਹੈ ਹਾਂ ਅੱਜ ਪਤਾ ਨਹੀਂ ਕਿਵੇਂ ਥਕਾਵਟ ਜੀ ਹੋ ਗਈ ਊਂ ਤਾਂ ਮੈਂ ਠੀਕ ਹਾਂ ਪਤਾ ਹੀ ਲੱਗ ਜਾਂਦਾ ਬੰਦੇ ਨੂੰ ਆਪਦੇ ਸਰੀਰ ਦਾ ਹਾਂ ਬੇਬੇ ਉਹ ਤਾਂ ਗੱਲ ਤੇਰੀ ਠੀਕ ਹੈ ਬੇਬੇ ਘਰੇ ਕੋਈ ਜੀਂਦ ਨਹੀਂ ਹੈਗਾ ਅੰਦਰ ਹੀ ਹੋਣਗੇ ਪੁੱਤ ਬਾਹਰ ਤਾਂ ਦੋਨੇ ਖੁੱਲੇ ਪਏ ਨੇ ਐ ਕਿੱਧਰ ਵਗ ਗਏ ਹੋਰ ਤੁਸੀਂ ਠੀਕ ਹੋ ਭੈਣ ਜੀ ਹੁਣ ਸੁਖਪਾਲ ਦੱਸਦੀ ਸੀ ਕਹਿੰਦੀ ਬੁਖਾਰ ਚੜ ਗਿਆ ਮੇਰੇ ਬੇਬੇ ਨੂੰ ਹਾਂ ਭੈਣੇ ਬੁਖਾਰ ਤਾਂ ਹੋ ਗਿਆ ਸੀ ਹੁਣ ਤਾਂ ਮੈਂ ਠੀਕ ਹਾਂ ਇਹਨੇ ਵਿਚਾਰੀ ਨੇ ਕਾਇਮ ਕਰਤਾ ਮੈਨੂੰ ਬਹੁਤ ਸੇਵਾ ਕਰਦੀ ਹੈ ਚੱਲ ਵਧੀਆ ਭੈਣ ਜੀ ਇਹਦਾ ਫਰਜ਼ ਬਣਦਾ ਤੁਹਾਡੀ ਸੇਵਾ ਕਰਨ ਦਾ ਸਹੀ ਗੱਲ ਹੈ ਮਾਸੀ ਹੁਣ ਬੇਬੇ ਦੂਜੇ ਨੰਬਰ ਤੇ ਆਉਂਦੀ ਹੈ ਪਹਿਲੇ ਨੰਬਰ ਤੇ ਤੂੰ ਆਉਣੀ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਪੁੱਤ ਪਰ ਹਰੇਕ ਨਹੀਂ ਹੈ ਸੋਚਦਾ ਆ ਮੇਰੇ ਜੇਠ ਦੀ ਨੂੰਹ ਹੈ ਜਿੱਦਾਂ ਦੀ ਆਈ ਹੈ ਨਾ ਪਾਣੀ ਦਾ ਗਲਾਸ ਨਹੀਂ ਫੜਾਇਆ ਦੋਨੇ ਜੀਆਂ ਨੂੰ ਕਦੇ ਅਸੀਂ ਤਾਂ ਭਾਈ ਕਿਸਮਤ ਵਾਲੇ ਹਾਂ ਜਿਉਂਦਾ ਰਹੇ ਬਚੋਲਾ ਜਿਹਨੇ ਪਰਿਵਾਰ ਨਾਲ ਤੁਹਾਡੇ ਨਾਲ ਮੇਲ ਕਰਾਤਾ ਸਾਡਾ ਗੱਲ ਤਾਂ ਦੋਨੇ ਪਾਸੇ ਬਰਾਬਰ ਹੀ ਹੈ ਭੈਣ ਜੀ ਅਸੀਂ ਤਾਂ ਆਪ ਬਚੋਲੇ ਨੂੰ ਸੀਸਾਂ ਦਿੰਨੇ ਆ ਸਾਡਾ ਵੀ ਬਹੁਤ ਵਧੀਆ ਪਰਿਵਾਰ ਨਾਲ ਵਾਹ ਪਵਾਇਆ ਉਹਨੇ ਪਰ ਇੱਕ ਗੱਲ ਹੈ ਭੈਣ ਜੀ ਜਿਹੜੀ ਮੇਰੀ ਧੀ ਹੈ ਸੁਖਪਾਲ
ਇਹ ਚੁਸਤ ਚਲਾਕ ਘੱਟ ਹੈ, ਇਹ ਪੋੜੀ ਹੈ ਥੋੜੀ ਜੀ, ਇਹਨੂੰ ਚਲਾਕੀ ਜੀ ਘੱਟ ਆਉਂਦੀ ਹੈ। ਹਾਂ ਇਹ ਤਾਂ ਗੱਲ ਹੈਗੀ ਹੈ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਬੁੱਤ। ਹੋਰ ਠੀਕ ਹੈ? ਹੋਰ ਠੀਕ ਹੋ? ਹਾਂ ਵਧੀਆ ਵਧੀਆ। ਹੋਰ ਰਾਜੂ ਕਦੋਂ ਆਏ ਸੀ? ਬਸ ਤੇਰੇ ਮੂਰੇ ਮੂਰੇ ਆਏ ਆ ਬਾਈ। ਅੱਛਾ ਬੈਠੀ ਨਹੀਂ ਆ ਗਏ ਜੀ। ਹੋਰ ਰਾਜੂ ਠੀਕ ਹੈ ਸਾਰੇ? ਹਾਂ ਬਾਈ ਸਾਰੇ ਠੀਕ ਠਾਕ। ਤੇ ਤੂੰ ਸੁਣਾ ਪੁੱਤ, ਤੇਰੀ ਫਸਲ ਬਾੜੀ ਕਿਵੇਂ ਹੈ? ਹਾਂ ਫਸਲ ਬਾੜੀ ਵਧੀਆ ਬੇਬੇ, ਚੱਲ ਸ਼ੁਕਰ ਹੈ। ਹੋਰ ਰਾਜੂ ਤੇਰੀ ਫਸਲ ਬਾੜੀ ਕਿਵੇਂ ਹੈ? ਫਸਲ ਬਾੜੀ ਬਾਈ ਅੱਜ ਦੀ ਘੜੀ ਤਾਂ ਵਧੀਆ ਖੜੀ ਹੈ। ਚੱਲ ਵਧੀਆ ਹੈ। ਚਲੋ ਪਾਣੀ ਦੇ ਕੇ। ਹੋਰ ਤੂੰ ਦੱਸ? ਵਧੀਆ ਵਧੀਆ ਵਧੀਆ, ਜਿਹੜਾ ਟਾਈਮ ਪਾਸ ਹੋਈ ਜਾਂਦਾ। ਚੱਲ ਵਧੀਆ ਬਾਈ। ਪੀ ਲੈ ਬੇਬੇ। ਐਤਕੀ ਫਿਰ ਠੇਕੇ 'ਤੇ ਲਈ ਹੈ ਕਿ ਨਹੀਂ? ਨਾ ਬਾਈ ਇੱਕ ਤਾਂ ਲੈਤੀ, ਤੈਨੂੰ ਪਤਾ ਬਾਈ ਬਚਦਾ ਤਾਂ ਹੈ ਨਹੀਂ ਕੁਛ, ਠੇਕਾ ਵਾਲਾ ਹੋ ਜਾਂਦਾ। ਹਾਂ ਐਵੇਂ ਟੱਕਰਾਂ ਹੀ ਨੇ। ਹੋਰ ਹੋਰ ਜਦੋਂ ਬਚਦੇ ਨਹੀਂ ਕੁਛ, ਕੀ ਫਾਇਦਾ ਐਵੇਂ ਖੱਪੇ ਦਾ? ਮੈਨੂੰ ਤਾਂ ਹਫ਼ਤਾ ਹੋ ਗਿਆ ਸੀ ਭੈਣ ਜੀ ਕਹਿੰਦੀ ਨੂੰ, ਰਾਜੂ ਨੂੰ ਵੀ ਚੱਲ ਆਪਾਂ ਪਤਾ ਲਿਆਈਏ, ਸੁਖਪਾਲ ਨੇ ਦੱਸਿਆ ਸੀ ਵੀ ਉਹਦੀ ਬੇਬੇ ਢਿੱਲੀ ਹੈ, ਟਾਈਮ ਹੀ ਨਹੀਂ ਲੱਗਦਾ ਸੀ, ਕੀ ਕਰੀਏ। ਕੋਈ ਗੱਲ ਨਹੀਂ ਭੈਣ ਜੀ, ਅੱਜ ਕੱਲ੍ਹ ਘਰ ਦੀਆਂ ਕਬੀਲਦਾਰੀਆਂ ਹੀ ਆਈਆਂ ਹੋਈਆਂ ਨੇ, ਨਿਕਲਿਆ ਨਹੀਂ ਜਾਂਦਾ ਘਰੋਂ। ਹੋਰ ਅੱਜ ਰਾਜੂ ਮੈਨੂੰ ਕਹਿੰਦਾ ਵੀ ਮੇਰੇ ਕੋਲ ਟਾਈਮ ਹੈਗਾ, ਮਾਸੀ ਦਾ ਪਤਾ ਲੈ ਆਉਂਦੇ ਆ ਜਾ ਕੇ। ਚੱਲ ਵਧੀਆ ਕਰਿਆ ਭੈਣ ਜੀ, ਹੁਣ ਤਾਂ ਮੈਂ ਠੀਕ ਹਾਂ ਸੁੱਖ ਨਾਲ। ਚੱਲ ਸ਼ੁਕਰ ਹੈ ਪਰਮਾਤਮਾ ਦਾ, ਠੀਕ ਹੀ ਰਹੇਗੀ। ਹਾਂ ਪੁੱਤ ਇਹ ਤਾਂ ਗੱਲ ਤੇਰੀ ਠੀਕ ਹੈ। ਰਾਜੂ ਉਧਰਲੇ ਖੇਤ ਯਾਰ ਮੈਂ ਮੋਟਰ ਵਾਲਾ ਕਮਰਾ ਲਾਉਣਾ ਭੁੱਲ ਗਿਆ ਸੀਗਾ, ਮੜਾ ਲਾਇਆ ਮੈਂ, ਚੰਗਾ ਤੁਸੀਂ ਬੈਠੋ, ਨਸ਼ੇੜੀ ਜੇ ਵਾਲੇ ਫਿਰਦੇ ਆ ਨਾ ਤੈਨੂੰ ਪਤਾ ਅੱਜ ਕੱਲ੍ਹ। ਮੈਂ ਵੀ ਨਾਲੀ ਬਾਗ ਚੱਲਦਾ ਬਈ। ਆ ਜਾ ਫਿਰ, ਚੱਲ ਮੁੜਿਆ ਖੇਤੀ ਮੁੜਿਆ ਪੁੱਤ, ਚੱਲਾਂਗੇ ਫਿਰ ਆਪਾਂ। ਕੋਈ ਨਹੀਂ ਹੋਰ ਮੈਂ ਪਤਾ ਕੋਈ ਨਹੀਂ ਹੈਗਾ, ਹੋਰ ਹੜਲ ਹੜਲ ਕਰਦੇ ਫਿਰਦੇ ਨੇ ਹੁਣ ਤਾਂ। ਬਾਕੀ ਯੂਰੀਏ ਦੀਆਂ ਪਈਆਂ ਨੇ ਦੋ ਤਿੰਨ ਬੋਰੀਆਂ ਉੱਥੇ। ਅੱਛਾ ਕੀ ਹੈ, ਮੈਂ ਕੋਈ ਲੈ ਜਾ ਚੱਕ ਕੇ ਰਾਤ ਨੂੰ। ਹੋਰ ਬੇਬੇ ਭਾਬੀ ਦੇ ਪੇਕੇ ਕਨੀ ਆਇਆ ਕੋਈ? ਆਇਆ ਸੀ ਪੁੱਤ, ਉਹਦਾ ਭਾਈ ਆਇਆ ਸੀ। ਅੱਛਾ ਹਾਂ, ਉਹ ਪਿੰਡ ਵਿੱਚ ਦੀ ਜਾਂਦਾ ਸੀ ਕੈਂਟਰ ਲਈ, ਉਹ ਤਾਂ ਕਰਕੇ ਮਿਲ ਗਿਆ ਆ ਕੇ। ਅੱਛਾ ਕੀ ਕਹਿੰਦਾ, ਠੀਕ ਨੇ ਸਾਰੇ? ਹਾਂ ਕਹਿੰਦਾ ਸੀ ਠੀਕ ਨੇ ਸਾਰੇ, ਹੁਣ ਤਾਂ ਉਹਦੇ ਘਰ ਵਾਲੀ ਨੂੰ ਵੀ ਆਰਾਮ ਹੈ ਗੱਠੀਏ ਤੋਂ। ਚੱਲ ਵਧੀਆ ਬੇਬੇ, ਨਿੱਕੇ ਨਿੱਕੇ ਵਿਚਾਰ ਦੇ ਜਵਾਕ ਤੇ ਚੱਲ ਠੀਕ ਹੋ ਗਈ। ਹਾਂ ਉਹਨੂੰ ਤਾਂ ਪੁੱਤ ਡਾਕਟਰ ਕਹਿੰਦਾ ਵਧੀਆ ਮਿਲ ਗਿਆ, ਮਾਸੀ ਮੈਨੂੰ ਡਾਕਟਰ ਨੇ ਕਹਿੰਦਾ ਹੋਮੋਪੈਥਿਕ ਦੀ ਦਵਾਈ ਚਲਾਤੀ, ਹੁਣ ਜਮਾਂ ਠੀਕ ਹੈ, ਮਹੀਨੇ 'ਚ ਬਹੁਤ ਫਰਕ ਪੈ ਗਿਆ ਪੁੱਤ। ਚੱਲ ਸ਼ੁਕਰ ਹੈ ਪਰਮਾਤਮਾ ਦਾ ਬੇਬੇ, ਵਧੀਆ ਹੋ ਗਿਆ। ਪੁੱਤ ਮੈਂ ਵੀ ਉਹਨੂੰ ਕਿਹਾ ਸੀ, ਮੈਂ ਆਖਿਆ ਪੁੱਤ ਮੇਰਾ ਵੀ ਮੋਢਾ ਜਿਹਾ ਦੁਖਦਾ ਰਹਿੰਦਾ, ਕਹਿੰਦਾ ਮਾਸੀ ਜਦੋਂ ਮਰਜ਼ੀ ਕਹਿੰਦੀ ਮੈਨੂੰ, ਮੈਂ ਤਾਂ ਉਹਦੀ ਆ ਜਾਊਂਗਾ, ਕਹਿੰਦਾ ਤੈਨੂੰ ਲੈ ਜਾਊਂਗਾ, ਉੱਥੋਂ ਠੀਕ ਹੋਊਗਾ ਤੇਰਾ ਮੋਢਾ, ਦਵਾਈ ਹੋਮੋਪੈਥਿਕ ਤੋਂ ਬਿਨਾਂ ਹੋਰ ਨਾ ਕੋਈ ਵਰਤਿਆ ਕਰੋ। ਅੱਛਾ ਫਿਰ ਤਾਂ ਵਧੀਆ ਬੇਬੇ, ਰਾਜੂ ਲੈ ਜੀ ਨਾਲ ਤੂੰ। ਹਾਂ ਪੁੱਤ ਜਾਊਂਗੀ ਮੈਂ, ਟਾਈਮ ਜਾ ਕੱਢ ਕੇ ਜਾਊਂਗੀ। ਹੋਰ ਨਾਲੇ ਹੈਮੋਪੈਥੀ ਦਵਾਈ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਅੱਛਾ ਪੁੱਤ ਹੈਰੀ ਦਾ ਫੋਨ ਆਉਂਦਾ ਹੁੰਦਾ ਹੋਸਟਲ 'ਚੋਂ, ਕੀ ਕਹਿੰਦਾ? ਹਾਂ ਬੇਬੇ ਕਹਿੰਦਾ ਠੀਕ ਠਾਕ ਆ, ਆਉਂਦਾ ਹੁੰਦਾ। ਅੱਛਾ ਚੱਲ ਚੰਗਾ ਭੈਣ ਜੀ, ਫਿਰ ਮੈਂ ਤਾਂ ਜਾਂਦੀ ਹਾਂ। ਚੰਗਾ ਭੈਣ ਜੀ, ਚੰਗਾ ਬੇਬੇ, ਸਤਿ ਸ਼੍ਰੀ ਅਕਾਲ। ਚੰਗਾ ਪੁੱਤ, ਚੰਗਾ ਵਧੀਆ ਕਰ ਅੱਗੇ ਮਿਲ ਗਿਆ। ਚੰਗਾ ਬੇਟੇ ਜਿਉਂਦਾ ਰਹੇ, ਵੱਡੀ ਉਮਰ ਵਾਲੇ ਹੋਵੇਂ। ਹਾਂ ਚੰਗਾ ਪੁੱਤ, ਚੰਗਾ ਪੁੱਤ, ਚੰਗਾ ਭੈਣ। ਠੀਕ ਹੈ ਬਈ, ਠੀਕ ਹੈ। ਬੇਬੇ ਚਾਚੀ ਆਉਂਦੀ ਹੈ। ਉਰੀ ਬੋਲ, ਮਾਰ ਲੈ ਪੁੱਤ ਤੇਰੀ ਚਾਚੀ ਨੂੰ, ਵੀ ਮੇਰੀ ਬੇਬੇ ਤਾਂ ਇੱਧਰ ਬੈਠੀ ਹੈ। ਮਾਰਦੀ ਆ। ਆ ਚਾਚੀ ਬੇਬੇ ਇੱਧਰਲੇ ਪਾਸੇ ਬੈਠੀ ਹੈ। ਸਤਿ ਸ਼੍ਰੀ ਅਕਾਲ ਚਾਚੀ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਸਰਪਾਲ? ਹਾਂ ਠੀਕ ਠਾਕ ਜੀ, ਵਧੀਆ। ਹੋਰ ਭੈਣੇ ਕਿਵੇਂ ਹੈ? ਠੀਕ ਆ, ਤੇ ਜੋ ਬਹਿ ਜਾ ਭੈਣੇ, ਆ ਜਾ। ਹੋਰ ਸੁਣਾ? ਠੀਕ ਹੈ ਬਸ, ਵਧੀਆ ਟਾਈਮ ਪਾਸ ਹੋਈ ਜਾਂਦਾ। ਮੈਂ ਆਖਿਆ ਅੱਜ ਪਤਾ ਲੈ ਕੇ ਆਵਾਂ ਭੈਣ ਦਾ। ਚੱਲ ਵਧੀਆ ਕਰਿਆ ਭੈਣੇ, ਤੇਰੇ ਤੇ ਸੁਖਪਾਲ ਦੇ ਕਰਕੇ ਠੀਕ ਹੋ ਗਈ ਭੈਣੇ ਮੈਂ ਤਾਂ। ਤੂੰ ਮੇਰੇ ਕੋਲ ਬੈਠੀ ਰਹਿੰਦੀ ਸੀ, ਵਧੀਆ ਟਾਈਮ ਪਾਸ ਹੋਈ ਜਾਂਦਾ ਸੀ, ਮੇਰਾ ਜੀ ਲੱਗਿਆ ਰਹਿੰਦਾ ਸੀ। ਮੈਂ ਇੱਥੋਂ ਤੇਰੇ ਕੋਲ ਫਿਰ ਆਇਆ ਨਹੀਂ ਨਾ ਜਾਂਦਾ ਸੀ, ਜਦੋਂ ਮੈਂ ਠੀਕ ਸੀ ਭੈਣੇ, ਉਦੋਂ ਤਾਂ ਮੈਂ ਤੇਰੇ ਕੋਲ ਦੋ ਦੋ ਗੇੜੇ ਮਾਰ ਆਉਂਦੀ। ਚੱਲ ਕੋਈ ਗੱਲ ਨਹੀਂ ਭੈਣੇ,
जे तू ठीक सी तो दो दो गेड़े ला लेंदी थी। चल हुण जे तेथों नहीं आया जांदा चल मैं तेरे कोले आउण लग गई। तैनू पता ही है भैणे जे दिन विच दी आपां एक दो बारी ना मिलीए अपना जी नहीं लगता। पक्कियां सहेलियां आपां अपना ब्याह भी भैणे कट्ठियां दा सी थोड़े जे फर्क नाल सी देखा दो चार महीनां दा ही फर्क थी। हाँ फिर आप गूड़िया सहेलियां बन गई हूं तो कुड़े तू ठीक हो गई हूं तो तू मेरे को आ जा कर। मैं तो अज आने लगी सी बड़े सौ लगे सुखपाल ने कहता आके थोड़ा जिहा दिन होर आराम कर ला तेन थकेमा जा ना। जी ला दस आ रहा मेरा घर इनी किन्नी के बाट है भी तेन थकेमा आजू। फिर भी चाची चार किलो की वाही तो पे जाती है। मई बेबे ने कहता भी फिर वग जा कर थोड़े चेर होर आराम कर ले। चल कोई ना पुत मैं तो आ गई फिर। कोई गल नी चाची जो मर्जी आ जा तेरा आपदा घर तेन कड़क रोकदा वो तो है गई अड़िए। आ शाम बड़ी सोहनी है चाची नवी कराई है। हाँ पुत मोरे तो कराई है। अच्छा सोहनी है शाम तेन पता ही है पुत मैनु शौक है ना बचपन तो गहने का भवा मैं आप बुढ़ी होगी शौक तो नहीं घट होया। सही गल है चाची। चल कोई गल नी तेजो शौक का केड़ा कोई मुल हों भेने। चल लिया सुखपाल वधिया जी चाह बना के बना ले पुत्त। कोई ना लेउनी आ लौंग लैचियां पाली। कोई ना दूध भी खासा पाली वादू वादू। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਭਾਬੀ ਠੀਕ ਹੋ? ਹਾਂ ਠੀਕ ਹੈ। ਹੋਰ ਭੈਣੇ ਸਾਰੇ ਠੀਕ ਨੇ ਉੱਥੇ? ਹਾਂ ਭਾਬੀ ਸਾਰੇ ਠੀਕ ਠਾਕ। ਜਵਾਕ ਨਹੀਂ ਆਏ ਭੈਣੇ ਨਾਲ? ਜਵਾਕ ਤਾਂ ਆਪਦੀ ਭੂਆ ਕੋਲ ਗਏ ਹੋਏ ਨੇ ਕਹਿੰਦੇ ਰਹਾਂਗੇ ਅਸੀਂ ਉੱਥੇ। ਅੱਛਾ ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ। ਹੋਰ ਠੀਕ ਆ ਪੁੱਤ? ਹਾਂ ਬੇਬੇ ਕਿਵੇਂ ਹੁਣ ਬੁਖਾਰ ਤੇਰਾ? ਬੁਖਾਰ ਤਾਂ ਠੀਕ ਆ ਪੁੱਤ। ਅੱਛਾ ਹਾਂ ਬੁਖਾਰ ਤਾਂ ਮੇਰਾ ਹੁਣ ਠੀਕ ਆ। ਦਵਾਈ ਲਈ ਚੱਲੀ ਗੌਰ ਨਾਲ। ਮੈਂ ਪਾਣੀ ਲੈ ਕੇ ਆਨੀ ਬੇਬੇ। ਹੋਰ ਪੁੱਤ ਜਵਾਕ ਨਹੀਂ ਆਏ ਨਾਲ? ਬੇਬੇ ਜਵਾਕ ਭੂਆ ਕੋਲੇ ਗਏ ਹੋਏ ਨੇ। ਅੱਛਾ ਉਦੇ ਮੈਂ ਤੈਨੂੰ ਦੱਸਿਆ ਤਾਂ ਬੇਬੇ ਵੀ ਭੂਆ ਕੋਲੇ ਜਾਣ ਨੂੰ ਕਹਿੰਦੇ ਨੇ ਉਦੋਂ ਬਾਅਦ ਵੱਗ ਗਏ ਉਹ। ਅੱਛਾ ਹੋਰ ਸੁਖਪਾਲ ਤੇਰੇ ਪੇਕਿਆਂ ਕਹਿੰਦੇ ਠੀਕ ਆ ਸਾਰੇ? ਹਾਂ ਭੈਣੇ ਠੀਕ ਠਾਕ ਆ। ਬੇਬੇ ਤੇ ਭਰਾ ਮੇਰਾ ਆਏ ਤੇ ਕਈ ਦਿਨ ਹੋ ਗਏ ਬੇਬੇ ਦਾ ਪਤਾ ਲੈ ਕੇ ਗਏ ਨੇ। ਅੱਛਾ ਚੱਲ ਵਧੀਆ। ਜੱਸਾ ਤਾਂ ਖੇਤ ਗਿਆ ਹੋਊਗਾ ਭਾਬੀ? ਨਾ ਨਾ ਭੈਣੇ ਖੇਤ ਕਾਹਨੂੰ ਗਿਆ ਇੱਥੇ ਆਪਣੇ ਗੁਰਦੁਆਰੇ ਕੋਲ ਦਿਲਜੀਤ ਦੀ ਫਿਲਮ ਦੀ ਸ਼ੂਟਿੰਗ ਚੱਲੀ ਜਾਂਦੀ ਆ ਉੱਥੇ ਗਿਆ। ਅੱਛਾ ਚੱਲ ਵਧੀਆ ਮੈਂ ਕਿਹਾ ਬੇਬੇ ਦਾ ਪਤਾ ਲੈ ਕੇ ਆਵਾਂ। ਮੈਂ ਤਾਂ ਕਈ ਦਿਨਾਂ ਦੀ ਡੀਕੀ ਆਉਂਦੀ ਸੀ ਮੈਂ ਕਿਹਾ ਰਾਣੀ ਆਊਗੀ ਤੂੰ ਲੇਟ ਹੀ ਹੋ ਗਈ ਕੁੜੇ। ਤੈਨੂੰ ਪਤਾ ਹੀ ਬੇਬੇ ਕਬੀਲਦਾਰੀਆਂ ਦਾ ਘਰਾਂ ਚੋਂ ਕਿੱਥੇ ਨਿਕਲਿਆ ਜਾਂਦਾ ਡੰਗਰ ਵੱਛੇ ਦਾ ਔਖਾ ਹੋ ਜਾਂਦਾ। ਜਵਾਕ ਭੂਆ ਕੋਲੇ ਵੱਗ ਗਏ ਮੈਨੂੰ ਐਂ ਸੀ ਵੀ ਜੇ ਮੁੜੇ ਹੋਣ ਚੱਲ ਮੈਂ ਬੇਬੇ ਦਾ ਪਤਾ ਲੈ ਆਵਾਂ। ਫਿਰ ਉਹ ਮੈਨੂੰ ਕਹਿੰਦੇ ਅਸੀਂ ਤਾਂ ਹਜੇ ਹੋਰ ਰਹਾਂਗੇ। ਮੈਂ ਕਿਹਾ ਇਹਨਾਂ ਦਾ ਕੀ ਪਤਾ ਕਦੋਂ ਆਉਣਗੇ ਮੈਂ ਤਾਂ ਹੁਣ ਜਾਵਾਂ ਫਿਰ ਪਤਾ ਲੈਣ। ਠੀਕ ਹੈ ਚੱਲ ਕੋਈ ਗੱਲ ਨਹੀਂ। ਹੋਰ ਬੇਬੇ ਮੈਨੂੰ ਤਾਂ ਫਿਕਰ ਲੱਗਿਆ ਪਿਆ ਸੀ ਤੇਰਾ ਖੰਘ ਜ਼ੁਕਾਮ ਜਾਂ ਬੁਖਾਰ ਬਖੂਰ ਜਾਂ ਬਾਲਾ ਹੀ ਹੋ ਰਿਹਾ ਸੈੱਲ ਸੁੱਲ ਜੇ ਘਟਨੇ। ਹਾਂ ਭੈਣੇ ਬੇਬੇ ਸੈੱਲਾਂ ਤਾਂ ਬਚਤ ਰਹਿ ਗਈ ਖੰਘ ਜ਼ੁਕਾਮ ਤਾਂ ਹੋ ਗਿਆ ਸੀਗਾ ਬੁਖਾਰ ਵੀ ਹੋ ਗਿਆ ਸੀ। ਅੱਛਾ ਅੱਛਾ ਪਹਿਲਾਂ ਤਾਂ ਪਿੰਡ ਵਾਲੇ ਡਾਕਟਰਾਂ ਤੋਂ ਦਵਾਈ ਲਈ ਸੀ ਪੁੱਤ ਉੱਥੋਂ ਆਰਾਮ ਨਾ ਆਇਆ ਫਿਰ ਜੱਸਾ ਮੈਨੂੰ ਮਾਨਸਾ ਲੈ ਕੇ ਗਿਆ ਫਿਰ ਉੱਥੋਂ ਫਰਕ ਪੈ ਗਿਆ। ਹਾਂ ਫਰਕ ਤਾਂ ਹੁੰਦੀ ਹੈ ਬੇਬੇ ਸ਼ਹਿਰ ਵਾਲੇ ਡਾਕਟਰਾਂ ਦਾ ਵੱਡੇ ਡਾਕਟਰ ਹੁੰਦੇ ਸ਼ਹਿਰ 'ਚ। ਹਾਂ 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 ਭੈਣੇ ਫਰਕ ਤਾਂ ਹੁੰਦਾ ਹੀ ਹੈ ਫਰਕ ਕਿਵੇਂ ਨਾ ਹੋਵੇ। ਚਲ ਮੈਂ ਚਾਹ ਬਣਾ ਕੇ ਲਿਆਉਣੀ ਭੈਣੇ। ਤੇਰੀ ਸੱਸ ਠੀਕ ਸੀ ਰਾਣੀ? ਹਾਂ ਬੇਬੇ ਠੀਕ ਹੈ ਤਕੜੀ ਪਈ ਹੈ ਉਹ ਤਾਂ ਸੁੱਖ ਨਾਲ। ਚੱਲ ਸ਼ੁਕਰ ਹੈ ਵਾਹਿਗੁਰੂ ਦਾ। ਹਾਂ ਆ ਗਿਆ ਜੱਸਾ ਵੀ। ਹਾਂ ਚਾਰ ਪੰਜ ਦਿਨ ਹੋ ਗਏ ਹਜੇ ਕਹਿੰਦੇ ਚਾਰ ਪੰਜ ਦਿਨ ਹੋਰ ਲਾਵਾਂਗੇ। ਅੱਛਾ ਹੋਰ ਸਭ ਠੀਕ ਠਾਕ? ਹਾਂ ਬਾਈ ਠੀਕ ਹੈ ਬਸ ਵਧੀਆ ਕਬੀਲਦਾਰੀ ਚੱਲੀ ਜਾਂਦੀ ਹੈ। ਚੱਲ ਵੋਟ ਹੈ ਕਬੀਲਦਾਰੀ ਚੱਲੀ ਜਾਵੇ ਉਹੀ ਬਹੁਤ ਹੈ ਅੱਜ ਤਾਂ ਬੰਦੇ ਨੂੰ ਆਉਂਦਾ ਹੀ ਨਹੀਂ। ਹੋਰ ਚੱਲ ਵਧੀਆ ਪੁੱਤ ਕਬੀਲਦਾਰੀ ਚੱਲੀ ਜਾਵੇ ਲੋਕਾਂ ਦਾ ਬੁਰਾ ਹਾਲ ਹੈ। ਹੋਰ ਹੋਰ ਇਹ ਤਾਂ ਹੈ ਬਹੁਤ ਬੁਰਾ ਹਾਲ ਹੈ ਦੁਨੀਆ ਦਾ। ਹੋਰ ਵਧੀਆ ਰੰਗ ਲਾ ਕੇ ਨੇ ਪਰਮਾਤਮਾ ਨੇ ਚਰਨੋ ਚੰਗੇ ਚਰਨੋ ਮਾੜੇ ਤਾਂ ਹੀ ਤਾਂ ਕਹਿਣੀ ਆ ਵਧੀਆ ਭਾਈ। ਹੋਰ ਬੇਬੇ ਤੇਜੋ ਚਾਚੀ ਕਿਵੇਂ ਤੇਰੀ ਸਹੇਲੀ? ਠੀਕ ਹੈ ਪੁੱਤ ਵਧੀਆ ਉਹ ਤਾਂ ਆ ਜਾਂਦੀ ਹੈ ਮੇਰੇ ਕੋਲ ਗੇੜਾ ਮਾਰ ਕੇ ਜਾਂਦੀ ਆ। ਚੱਲ ਵਧੀਆ ਕਿਤੇ ਕਿਤੇ ਤਾਂ ਦੋ ਵਾਰੀ ਆ ਜਾਂਦੀ ਆ ਜੀ ਲੱਗਿਆ ਰਹਿੰਦਾ। ਹੋਰ ਜਦੋਂ ਮੈਨੂੰ ਬੁਖਾਰ ਚੜਦਾ ਸੀ ਉਦੋਂ ਤਾਂ ਉਹ ਦੋ ਦੋ ਗੇੜੇ ਮਾਰ ਜਾਂਦੀ ਮੇਰੇ ਕੋਲੇ ਮੈਥੋਂ ਜਾਇਆ ਨਹੀਂ ਜਾਂਦਾ ਸੀ ਹੁਣ ਤਾਂ ਚੱਲ ਮੈਂ ਠੀਕ ਹਾਂ ਹੁਣ ਤਾਂ ਮੈਂ ਵੀ ਜਾਇਆ ਨਹੀਂ ਉਹਦੇ ਕੋਲੇ। ਅੱਛਾ ਅੱਛਾ ਮੇਰਾ ਵੀ ਇਰਾਦਾ ਹੈ ਵੀ ਮੈਂ ਵੀ ਮਿਲ ਕੇ ਆਵਾਂ ਚਾਚੀ ਕੋਲੇ ਜਾ ਕੇ ਆਵਾਂ। ਚੱਲ ਕੋਈ ਗੱਲ ਨਹੀਂ ਐਂ ਨਹੀਂ ਪਤਾ ਉਹ ਆਈ ਜਾਵੇ ਤੂੰ ਤਾਂ ਇੱਕ ਦੋ ਦਿਨ ਲਾਵੇਂਗੀ ਜਾਏ ਜਦੋਂ ਮਰਜ਼ੀ।
ਬੇਬੇ ਮੈਂ ਜਾਈ ਨਾ ਵਾਂ ਇੱਥੇ ਆਈ ਨੂੰ ਮਿਲਣ ਦਾ ਕੀ ਫਾਇਦਾ ਫਿਰ ਉਹ ਮੈਨੂੰ ਲਾਂਬਾ ਦੇਊਗੀ ਵੀ ਤੂੰ ਤਾਂ ਮੈਨੂੰ ਆਈ ਨੂੰ ਮਿਲੀ ਆ ਤੂੰ ਕਿਹੜਾ ਮੇਰੇ ਕੋਲ ਘਰੇ ਗਈ ਹੈ ਮੈਂ ਤਾਂ ਕਹਿੰਦੀ ਬੇਬੇ ਮੈਂ ਹੁਣੀ ਜਾ ਆਉਣੀ ਆ ਚੰਗਾ ਫਿਰ ਠੀਕ ਹੈ ਜਾ ਆ ਪੁੱਤ ਹੋਰ ਮਿਲੇ ਆਉਣੀ ਆ ਜਾ ਕੇ ਜਾ ਆ ਚੰਗਾ ਪੁੱਤ ਮੈਂ ਦਵਾਈ ਲੈਣ ਗਈ ਸੀ ਮੈਨੂੰ ਹੋਰ ਡਾਕਟਰ ਤੇ ਕੱਠ ਜਾ ਖਾਸਾ ਸੀ ਗੁਰਦੁਆਰੇ ਉਹ ਬੇਬੇ ਉਹੀ ਤਾਂ ਹੈਗਾ ਜੱਸਾ ਉਹੀ ਦੇਖਣ ਗਿਆ ਸੀ ਅੱਛਾ ਉਹ ਸ਼ੂਟਿੰਗ ਹੁੰਦੀ ਹੈ ਫਿਲਮ ਦੀ ਚਮਕੀਲੇ ਦੀ ਫਿਲਮ ਬਣਦੀ ਹੈ ਅੱਛਾ ਹਾਂ ਫੇਰ ਕਈ ਦਿਨ ਲਾਉਣਗੇ ਫਿਰ ਤਾਂ ਹਾਂ ਹਾਂ ਕਈ ਦਿਨ ਲਾਉਣਗੇ ਰਾਣੀ ਭੈਣ ਅੰਦਰ ਸੁੱਤੀ ਪਈ ਹੈ ਰਾਣੀ ਦਿਖ ਦਿਖ ਤੇ ਨਾ ਸੁੱਤੀ ਤਾਂ ਕਾਹਨੂੰ ਪਈ ਹੈ ਪੁੱਤ ਉਹ ਤੇਜੋ ਕੋਲੇ ਵਾਗੀ ਸੀ ਅੱਛਾ ਹਾਂ ਕਹਿੰਦੀ ਕਿ ਮੈਂ ਜਾ ਆਵਾਂ ਕੇ ਚਾਚੀ ਕੋਲੇ ਹਾਂ ਅੱਧਾ ਪੌਣਾ ਘੰਟਾ ਹੋ ਗਿਆ ਉਧਰ ਹੀ ਜਾ ਰਹੀ ਹੈ ਅੱਛਾ ਲੈ ਉਹ ਆ ਗਈ ਮਾਂ ਕਿਤੇ ਅੰਦਰ ਪੈ ਗਈ ਰਾਣੀ ਨਾ 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 ਉਹ ਤਾਂ ਫਿਰ ਚਾਚੀ ਨੂੰ ਮਿਲਣ ਵਾਗ ਗਈ ਕਹਿੰਦੀ ਚੱਲ ਮੈਂ ਮਿਲ ਆਵਾਂ ਚਾਚੀ ਨੂੰ ਅੱਛਾ ਮੈਂ ਕਿਹਾ ਚੱਲ ਮਿਲਿਆ ਕੋਈ ਨਹੀਂ ਜਾ ਆ ਜਾਈ ਚਾਚੀ ਕੋਲੇ ਹੋਰ ਜਾਈ ਕਦੀ ਚੱਲ ਲੈ ਜਾ ਹੋਰ ਕਹਿੰਦੀ ਸੀ ਚਾਚੀ ਕਹਿੰਦੀ ਹੱਥ ਨਹੀਂ ਜੇ ਆਉਂਗੀ ਮੈਂ ਹੁਣ ਤਾਂ ਗੇੜਾ ਫਿਰ ਮਾਰਨੀ ਹੁੰਦਾ ਹੋਰ ਆਊਗੀ ਉਹ ਤਾਂ ਕੇਰਾਂ ਤਾਂ ਆਊਗਾ ਜੇ ਬੇਬੇ ਨੂੰ ਮਿਲ ਨਾ ਆਵੇ ਇੱਕ ਦਿਨ ਤਾਂ ਰੋਟੀ ਨਹੀਂ ਹਜਮ ਹੁੰਦੀ ਚੱਲ ਵਧੀਆ ਮੈਂ ਐ ਪੁੱਛੀ ਜਾਵਾਂ ਮੈਂ ਰਾਣੀ ਕਿੱਧਰ ਭੱਗੀ ਕਿਤੇ ਅੰਦਰ ਸੌਂਗੀ ਮੈਂ ਨਾ ਨਾ ਮੈਂ ਤਾਂ ਚਾਚੀ ਨੂੰ ਮਿਲਣ ਵਾਗੀ ਸੀ ਫਿਰ ਸਕੇ ਤਾਂ ਆਪਣੇ ਰੁੱਟੇ ਬੈਠੇ ਨੇ ਆਪਾਂ ਨੂੰ ਤਾਂ ਫਿਰ ਚਾਚੀ ਸਕੇ ਨਾ ਵੱਧਾ ਮੈਂ ਆਖਿਆ ਚੱਲ ਮਿਲ ਕੇ ਆਵਾਂ ਜਾ ਕੇ ਇੰਨਾ ਮੋਹ ਕਰਦੀ ਹੈ ਵਿਚਾਰੀ ਹੋਰ ਗੱਲ ਤਾਂ ਠੀਕ ਹੈ ਹੋਰ ਭੈਣੇ ਚਾਚੀ ਦਾ ਬੇਬੇ ਨਾਲ ਭੈਣ ਵਾਲੀ ਪਿਆਰ ਰੱਖਦੀ ਹੈ ਹੋਰ ਮੋਹ ਪਿਆਰ ਦੀ ਗੱਲ ਹੁੰਦੀ ਹੈ ਪੁੱਤ ਮੈਂ ਤਾਂ ਮੋਟਰਸਾਈਕਲ ਧੋਣਾ ਯਾਰ ਬੜਾ ਖਰਾਬ ਜਿਹਾ ਹੋ ਰਿਹਾ ਧੋ ਲੋ ਸੱਚ ਮੈਂ ਵੀ ਸੈਲਫਾਂ ਸਾਫ ਕਰਦੀ ਹਾਂ ਮੇਰੇ ਬੇਬੇ ਨੂੰ ਪਾਣੀ ਪਿਆਉਣ ਆਈ ਤੇ ਇੱਥੇ ਵੇਗੀ ਕੀ ਕਹਿੰਦੀ ਫਿਰ ਤੇਜੋ ਕਹਿਣਾ ਤਾਂ ਕੀ ਸੀ ਬਸ ਆਪਦੀ ਘਰ ਪਰਿਵਾਰ ਦੀਆਂ ਗੱਲਾਂ ਕਰਦੀ ਸੀ ਆਪਦੀ ਬਸ ਗੱਲਾਂ ਕਰੀ ਗਈ ਅੱਛਾ ਕੁਛ ਫਿਰ ਮੇਰੇ ਸਹੁਰਿਆਂ ਦੀਆਂ ਗੱਲਾਂ ਚੱਲ ਪਈਆਂ ਸੱਚ ਗੱਲ ਸੁਣ ਬੇਬੇ ਸਾਡੇ ਇੱਕ ਨਵਾਂ ਆਇਆ ਕੋਈ ਪਰਿਵਾਰ ਉਹਨਾਂ ਦੇ ਮੁੰਡੇ ਦਾ ਨਾਂ ਵੀ ਜੱਸਾ ਹੈ ਬੱਬੀ ਨਾਲ ਖਾਸੀ ਦੋਸਤੀ ਬਣ ਗਈ ਉਹਦੀ ਪਰ ਮੈਨੂੰ ਕਿਸੇ ਬੁੜੀ ਤੋਂ ਪਤਾ ਲੱਗਿਆ ਉਹਦੇ ਘਰ ਵਾਲੀ ਬਾਰੇ ਵੀ ਉਹ ਆਪਦੇ ਘਰ ਵਾਲੇ ਨੂੰ ਜ਼ਹਿਰ ਦੇ ਕੇ ਮਾਰਨ ਨੂੰ ਫਿਰਦੀ ਹੈ ਬੂ ਮੈਂ ਮਰ ਜਾਂ ਐਡੀ ਭੈੜੀ ਜਨਾਨੀ ਵਾਹਿਗੁਰੂ ਵਾਹਿਗੁਰੂ ਆਪਦੇ ਬੰਦੇ ਨੂੰ ਜ਼ਹਿਰ ਦੇ ਕੇ ਮਾਰੂਗੀ ਉਹ ਹੋਰ ਬੇਬੇ ਨਹੀਂ ਫਿਰ ਉਹਨੂੰ ਮਾਰਨ ਨੂੰ ਕਿਉਂ ਕਹਿੰਦੀ ਹੈ ਉਹ ਇਹ ਗੱਲ ਦਾ ਤਾਂ ਬੇਬੇ ਮੈਨੂੰ ਪਤਾ ਨਹੀਂ ਕੋਈ ਰੌਲਾ ਹੈ ਉਹਨਾਂ ਦਾ ਦੋਨੇ ਜੀਆਂ ਦਾ ਸ਼ਾਇਦ ਕੋਈ ਜ਼ਮੀਨ ਦਾ ਰੌਲਾ ਹੋਊਗਾ ਕੋਈ ਰੌਲਾ ਹੋਵੇ ਐਂ ਥੋੜ੍ਹਾ ਹੀ ਹੈ ਵੀ ਉਹਨੂੰ ਮਾਰ ਹੀ ਦਿਓ ਤੁਸੀਂ ਉਹਦੇ ਘਰ ਵਾਲੇ ਨੂੰ ਦੱਸ ਦਿਓ ਫਿਰ ਮੈਂ ਕਿਹਾ ਸੀ ਬੱਬੀ ਨੂੰ ਵੀ ਤੂੰ ਜੱਸੇ ਨੂੰ ਦੱਸ ਕੇ ਤਲਾਕ ਕਰਾ ਦੇ ਉਹਦੇ ਨਾਲ ਸਹੀ ਗੱਲ ਆ ਭਾਈ ਤਲਾਕ ਕਰਾਓ ਉਹਦਾ ਤਾਂ ਜੱਸੇ ਨਾਲ ਐਂ ਕਰਾਂਗੇ ਬੇਬੇ ਦੇਖ ਲੈ ਸਰ ਹੀ ਪਿਆ ਲੋਕਾਂ ਨਾਲ ਤਾਂ ਜਮੀ ਉਹੀ ਤਾਂ ਗੱਲ ਹੈ ਮੈਂ ਤਾਂ ਤੇਰੀ ਗੱਲ ਸੁਣ ਕੇ ਹੈਰਾਨ ਹੀ ਰਹਿ ਗਈ ਕਿੱਡਾ ਮਾੜਾ ਜ਼ਮਾਨਾ ਆ ਗਿਆ ਹਾਏ ਹਾਏ ਮੈਂ ਮਰ ਜਾਂ ਤੋਬਾ ਤੋਬਾ ਹੋਰ ਬੇਬੇ ਬਾਕੀ ਚਾਚੀ ਤੇਜੋ ਨਾਲ ਤਾਂ ਹੋਰ ਵੀ ਗੱਲਾਂ ਚੱਲਦੀਆਂ ਸੀ ਪਿੰਡ ਦੀਆਂ ਇਹ ਤਾਂ ਗੱਲ ਮੈਂ ਕੀਤੀ ਸੀ ਤੇਜੋ ਚਾਚੀ ਕੋਲੇ ਅੱਛਾ ਅੱਛਾ ਬਾਕੀ ਤੂੰ ਬੇਬੇ ਕਿਸੇ ਕੋਲ ਗੱਲ ਨਾ ਕਰੀ ਆਪਾਂ ਨੂੰ ਕੀ ਲੋੜ ਆਏ ਮੇਰਾ ਰੌਲਾ ਪਾਉਣ ਦੀ ਕੋਈ ਨਾ ਬੇਬੇ ਮੈਂ ਕਹੂੰਗੀ ਬੱਬੀ ਨੂੰ ਜੱਸੇ ਨੂੰ ਕਹਿ ਦੂਗਾ ਉਹ ਬਸ ਉਹਨੂੰ ਕਹੋ ਪਰਾਂ ਤਲਾਕ ਲੈ ਲੇ ਇਹ ਜੀ ਤੋਂ ਹਾਂ ਤੂੰ ਹੋਰ ਸੁਣਾ ਬੇਬੇ ਭੂਆ ਦਾ ਫੋਨ ਆਉਂਦਾ ਹੁੰਦਾ ਹਾਂ ਆ ਜਾਂਦਾ ਹੁੰਦਾ ਕਦੇ ਕਦੇ ਹੁਣ ਉਹ ਆ ਕੇ ਗਈ ਸੀ ਦੋ ਢਾਈ ਮਹੀਨੇ ਹੋ ਗਏ ਚੱਲ ਵਧੀਆ ਫਿਰ ਭੂਆ ਕੀ ਕਹਿੰਦੀ ਠੀਕ ਨੇ ਸਾਰੇ ਹਾਂ ਠੀਕ ਨੇ ਹੋਰ ਭਾਬੀ ਆਪਣੇ ਸਕੇ ਤਾਂ ਆਪਣੇ ਨਾਲ ਵਰਤਦੇ ਨਹੀਂ ਹੈਗੇ ਰਾਜੇ ਦੇ ਘਰ ਵਾਲੀ ਨੇ ਤੜਾਤੇ ਨਾ ਆਪਣੇ ਨਾਲੋਂ ਬਾਲੀ ਪੜੀ ਆ ਗਈ ਪਈ ਰਾਜੇ ਦੀ ਬਹੂ ਤਾਂ ਹੋਰ ਭੈਣੇ ਗੱਲ ਤਾਂ ਤੇਰੀ ਠੀਕ ਹੈ ਸਾਰੇ ਟੱਬਰ ਤੇ ਬਹੁਤ ਦਾਬਾ ਪਾਇਆ ਹੋਇਆ ਨੇ ਨਹੀਂ ਭਈ ਐਂ ਨਹੀਂ ਉਹਨੂੰ ਕਰਨਾ ਚਾਹੀਦਾ ਸੀ ਤਾਈ ਤਾਂ ਵਿਚਾਰੀ ਸਿੱਧੀ ਸਾਧੀ ਤੀ ਹੋਰ ਤਾਈ ਤਾਂ ਭੈਣੇ ਵਰਤਣਾ ਚਾਹੁੰਦੇ ਸੀ ਆਪਣੇ ਨਾਲ ਉਹਦੇ ਡਰਾਬੇ ਕਰਕੇ ਤਾਈ ਨੇ ਵਰਤੇਵਾ ਛੱਡਤਾ ਆਪਣੇ ਨਾਲ ਹੋਰ ਭਾਬੀ ਤਾਈ ਦਾ ਸੁਭਾਅ ਤਾਂ ਬਥੇਰਾ ਵਧੀਆ ਸੀ ਤਾਈ ਤਾਂ ਚੰਗੀ ਸੀ ਹਾਂ ਭੈਣੇ ਮੈਨੂੰ ਬਹੁਤ ਪਿਆਰ ਕਰਦੀ ਤਾਈ ਬੇਬੇ ਵਾਂਗੂ ਪਿਆਰ ਕਰਦੀ ਤੀ ਨਾ ਨਾ ਭੈਣੇ ਮਜ਼ਾਕ ਨਹੀਂ ਸੱਚੀਆਂ ਮੈਨੂੰ ਬੇਬੇ ਵਾਂਗੂ ਪਿਆਰ ਕਰਦੀ ਤਾਈ ਨਾ ਨਾ ਭਾਬੀ ਮਜ਼ਾਕ ਨਹੀਂ ਮੈਨੂੰ ਤਾਂ ਤਾਈ ਦਾ ਤਾਂ ਪਤਾ ਹੈ ਵਧੀਆ ਸੁਭਾਅ ਹੈ ਵਧੀਆ ਪਿਆਰ ਕਰਦੀ ਹੈ ਤੈਨੂੰ ਬੇਬੇ ਵਾਲੀ ਗੱਲ ਤੇ ਹਾਸੀ ਆ ਗਈ ਮੈਨੂੰ ਤਾਂ ਤੂੰ ਕਹਿਤਾ ਨਾ ਕਹਿੰਦੀ ਬੇਬੇ ਜਿੰਨਾ ਪਿਆਰ ਕਰਦੀ ਸੀ ਉਹ ਤਾਂ ਵੈਸੇ ਮੈਂ ਤੈਨੂੰ ਉਦਾਹਰਨ ਦਿੱਤੀ ਹੈ ਭੈਣੇ ਬੇਬੇ ਜਿੰਨਾ ਪਿਆਰ ਤਾਂ ਮੈਨੂੰ ਕੋਈ ਨਹੀਂ ਕਰ ਸਕਦਾ ਤੂੰ ਕਿਉਂ ਹੱਸਦੀ ਹੈ ਰਾਣੀ ਹੁਣ ਮੈਂ ਤੈਨੂੰ ਕੀ ਦੱਸਾਂ ਭਾਬੀ ਮੈਂ ਆਪਦੀ ਮਾਂ ਦੀ ਨਿੰਦਿਆ ਕਰਦੀ ਚੰਗੀ ਨਹੀਂ ਲੱਗਦੀ ਮਾਂ ਦੀ ਨਿੰਦਿਆ ਕਿਵੇਂ ਮੈਂ ਸਮਝੀ ਨਹੀਂ ਰਹਿੰਦੇ ਸੁਖਪਾਲ ਪੜ੍ਹਦੇ ਹੀ ਬਣਿਆ ਰਹਿੰਦੇ ਮੈਂ ਆਪਦੀ ਮਾਂ ਦੀ ਨਿੰਦਿਆ ਨਹੀਂ ਕਰਨਾ ਚਾਹੁੰਦੀ ਮੈਂ ਤਾਂ ਤੇਰੀ ਗੱਲ ਤੇ ਹੈਰਾਨ ਹਾਂ ਭੈਣੇ ਇਹੀ ਜਿਹਾ ਬੇਬੇ ਨੇ ਕੀ ਕਰਤਾ ਮੈਨੂੰ ਤਾਂ ਕਦੇ ਬੇਬੇ ਨੇ ਚੰਗਾ ਬੜਾ ਬੋਲੀ ਨਹੀਂ ਕਦੇ
तेरे ना हो सकता कद कोई बेबे की गल हुई हो मेरी गल सुन सकपाल हूँ मैथों रहा नहीं आना तू बेबे की मेथों गल सुनी लै मैनू नहीं कदे बेबे ने कुछ कहा मेरी कदे कोई बेबे नाल गल नहीं हुई मैं तो तेरी तो बेबे की गल कर रही सी मेरी तो बेबे की गल मेरी तो बेबे की की गल मेरी गल सुन सकपाल तेन ए लगता ना बेबे मैनू बहुत प्यार करती है असल च यह गल सच नहीं हैगी तेनू बेबे प्यार नहीं नफरत करती है नफरत करती है तू कहीं ये गल करी नहीं बने बेबे तो मैनू इन्ना प्यार करती है बेबे मैनू नफरत किवें कर सकती है मैनू पता सुखपाल तू चंगी बहुत है ता करके तेनू नहीं पता मैं शुरू तो तेरा पक्ष लेंदी आई हाँ मैं तो मसा बेबे टकै टकै के रखती रही हूँ तेरे खिलाफ चलन तो मैंने तो तेरी गल की कोई समझ नहीं लग रही भेने मेरे खिलाफ चलती है ये तू कई गल करी नहीं राणी मेरे सिर च कराने लग गया तू गल सुन भाभी कोई भी धी आपदी माँ के खिलाफ गल नहीं करती होंगी मैं क्यों कर लगी हाँ भला क्योंकि मैनू तेरे बारे पता है भी जस्से तेरे नो चंगी घरवाली नहीं मिल सकती सी बेबे नू तेथों चंगी नूं नहीं मिल सकती थी सोहनी सुनखी है चंगी है कम काज नू तकड़ी है पाठ पूजा करने वाली सीधी सादी है सारे का इज्जत मान कर दी मैं तेनू माड़ा किवें कह दिंदी ओहो मैं तेनू सारी गल दसन लगी हाँ अज पर दसूंगी गुरुद्वारे की सहु खवा के भी जस्से ते बेबे कोले कदे भी मेरा ना ना लई ना ना भैणे मैं सहु खानी हाँ कदे भी तेरा नाम लैंदी है तू बेबे घर है ना ना तू ऐ बोल भी मैनू गुरु घर की सहु मैं कदे जस्से ते बेबे कोले राणी का ना नहीं लैंदी मैनू गुरु घर की सहु मैं कदे भी बेबे कोले दी जस्से कोले राणी का ना लैंदी मेरी गल सुन तेनू कदे भी बेबे ने पसंद नहीं किया जस्से का ब्याह तो कर बैठी तेरे नाल पर अंदर अंदर ही पछताउंदी है वह शुरू तो ही तेरा ते जस्से का तलाक करवाना चाहुंदी सी सानू उन्हें बहुत बारी कहे मैनू ते जस्से नू भी आपां तलाक लै लईए तो किसे हिसाब नाल मेरे तो भैने तेरिया गल सुन के पैरों थलों जमीन निकली पई है लोगों को मेरी तारीफा कर दी थकती नाले मैंने पसंद नहीं करती वह मेरा तलाक क्यों करवाना चाहती है क्योंकि तुसी जस्से नाल जमीन च बराबर नहीं ना है जस्से को तो 7 किले जमीन दे थोड़े को 2 किले बाकी बेबे के मन च सीगा भी उन्ना तुसी दाज नहीं दिता जिनी बेबे नू उम्मीद सी असल च जस्से का ब्याह बेबे तकड़े घरे करना चाहती सी तां करके बेबे अंदरों अंदर ही खुश नहीं है मैनू तो बेबे के हिसाब किताब तो कदम लग्या नहीं भी बेबे मेरे तो खुश नहीं हैगी चल मानती हाँ भैने साडा प्यो मर गया तो छोटे होंदे दा साढ़े को 2 किले जमीन दिता असं गरीब तो चल हूँ तो साढ़े सुख रंग लगे हुए ने भैने सोहना मेरे भाई ने घर पा रखेगा सोहना कारोबार चलता मेरे भरा का फिर हूँ तो नहीं भाभी दाज दिता जाता यही तो गल है ये तो भाभी फिर सोनू गरीब दे गरीब ही मानती है ना ऐ मानती है तो भैने मनी जाए हूँ इनू थोड़ी दे देंगे कुछ होर आपके 7 किले दीने ने फिर त करके कर दी है हूँ चबरीकियाँ बस आही गल है सुखपाल तेनू नहीं पता बेबे सब ड्रामे करती है तेरे मुँह से लोगों को तेरी तारीफ करती है पर तेरी पिठ पिछे वह तेनू निंदी है मैं तो हैरान हाँ बेबे ते मैनू तो पता ही नहीं है मैं तो ऐ समझती रही अज तक भी बेबे मैनू प्यार ही वाला करती है बस यही तो तेरा भुलेख है भाभी मैं तेन बार बार कहनी हाँ भी कोई भी धी आपकी माँ के खिलाफ गल नहीं करती होंगी ता ही तो अज तक मैं तेरे कोई गल नहीं की बेबे बारे पर अज जो तू बेबे तारीफा ही करी गई मैथों रह नहीं गया मैं तेन सही गल दसा भाभी मैं तो सच से चलने वाली औरत हाँ जोड़ा बंदा मैं गलत दिता मैं वो खिलाफ हाँ चाहे वह मेरा भरा है चाहे मेरी माँ है चाहे मेरा पुत है चाहे मैं तेन गल अज दसी है पर शुरू तो पक्ष तेरे ही लेंदी रही हाँ मैं वो तो भैने तेरा धन्यवाद है बहुत बहुत पर तू मैं ए दस बेबे मेरे बारे गल की करती होंगी सी मतलब जो मेरे जस्से तलाक बारे गल करती थी उस जस्सा की कहना होंगे मैं तेन सच्ची गल दसा सुखपाल जस्सा भी बेबे की गल च हांबी भरता सी मैं फिर जस्से समझाऊंगी भी जस्या गलत गल है भाई तेरी किसी की धी ध्याणी ब्याह करा के उते कोई दोष ला के फिर उन्होंने छड़ना भी उन्होंने तलाक देना मैं इन्होंने कहती होंगी सी भी कलू मेरे नाल भी ए हो सकते फिर सोडे मन से की बीतूगी असल च भाभी यह तेरे ते चोरी जाल जाम लाने फिरते भी 1,00,000 रुपये चक के आपके घरद्या देता यह मुद्दा बना के तेरे तो तलाक लैन फिरते मैनू पता है भाभी मैं इन्होंने किमें रोकया बस सुखपाली ਨੀ ਕੱਖ ਤਰ੍ਹਾਂ ਤੈਨੂੰ ਕਿੰਦਰੀ ਏ ਕੀ ਹੋ ਗਿਆ ਤੈਨੂੰ ਪਾਣੀ ਲਿਆਵਾਂ ਮੈਂ ਤੈਨੂੰ ਜਿਹੜੀ ਗੱਲ ਦੱਸਦੀ ਨਾ ਕਿਸੇ ਨੂੰ ਪਤਾ ਨਾ ਲੱਗੇ ਬੇਬੇ ਤੇ ਜੱਸੇ ਨੂੰ ਮੇਰਾ ਨਾ ਫਰਕ ਪੈ ਜੇ ਮੇਰਾ ਇਹਨਾਂ ਨਾਲ ਪਿਆਰ ਵਾਧੂ ਹੈ ਲੈ ਪਿਆਰ ਤਾਂ ਪਸ਼ੂਆਂ ਨਾਲ ਬਥੇਰਾ ਕਰਦੀ ਹੈ ਤੂੰ ਤਾਂ ਫਿਰ ਵੀ ਬੰਦਾ ਹੈ ਨਾ ਨਾ ਕੋਈ ਨਾ ਭੈਣ ਤੂੰ ਫਿਕਰ ਨਾ ਕਰ ਫਿਰ ਤੈਨੂੰ ਇਹ ਵੀ ਪਤਾ ਹੈ ਵੀ ਮੈਂ ਬੇਬੇ ਦੀ ਮਤਰੇਈ ਕੁੜੀਆਂ ਜੱਸੇ ਦੀ ਮਤਰੇਈ ਭੈਣਾਂ ਪਰ ਬੇਬੇ ਤੇ ਜੱਸੇ ਨੂੰ ਮੈਂ ਕਦੇ ਫਿਰ ਵੀ ਮਹਿਸੂਸ ਨਹੀਂ ਹੋਣ ਦਿੱਤਾ ਐਵੇਂ ਕਹਦਾ ਮੈਂ ਨਾ ਕਦੇ ਇਹਨਾਂ ਨੇ ਮਹਿਸੂਸ ਹੋਣ ਦਿੱਤਾ ਮੈਨੂੰ ਨਾ ਭੈਣੇ ਬੇਬੇ ਸੋਗਾ ਆਪ ਹੀ ਕਹਿੰਦੀ ਹੈ ਇਹ ਗੱਲ ਕਿਸੇ ਕੋਲ ਦਰਾਉਣੀ ਵੀ ਨਹੀਂ ਹੈਗੀ ਵੀ ਰਾਣੀ ਮੇਰੀ ਮਤਰੇਈ ਧੀ ਹੈ ਇਹ ਗੱਲ ਤਾਂ ਦਿਮਾਗ 'ਚ ਵੀ ਨਹੀਂ ਲਿਆਉਣਾ ਚਾਹੁੰਦੀ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਭੈਣੇ ਵੀ ਐਡੇ ਡਰਾਮੇ ਬੇਬੇ ਮੇਰੇ ਨਾਲ ਕਿਉਂ ਖੇਡਦੀ ਰਹੀ ਬਸ ਭਾਬੀ ਮੈਂ ਤੈਨੂੰ ਦੱਸਤਾ ਜੋ ਸੱਚ ਸੀ ਗੁਰੂ ਘਰ ਦੀ ਸਹੁ ਖਾਧੀ ਹੈ ਤਾਂ ਇਹ ਮੇਰਾ ਨਾਂ ਨਹੀਂ ਆਉਣਾ ਚਾਹੀਦਾ ਨਹੀਂ ਫਿਰ ਲੋਕ ਕਹਿਣਗੇ ਵੀ ਰਾਣੀ ਮਤਰੇਈ ਸੀ ਇਹਨਾਂ ਦੇ ਘਰ 'ਚ ਦਫੇੜ ਪਾਤੀ ਨਾ ਨਾ ਭੈਣੇ ਤੂੰ ਬੇਫਿਕਰ ਰਹਿ ਮੈਂ ਤੇਰਾ ਨਾਂ ਲੈਂਦੀ ਜੇ ਤੈਨੂੰ ਹੋਰ ਸਬੂਤ ਦੀ ਲੋੜ ਹੈ ਮੈਂ ਬੇਬੇ ਕੋਲੇ ਬਹਿਣੀ ਹਾਂ ਜਾ ਕੇ ਤੂੰ ਓਲੇ ਖੜ ਕੇ ਕਿਤੇ ਕੰਨ ਲਾ ਕੇ ਸੁਣ ਲਈ ਫਿਰ ਤਾਂ ਤੈਨੂੰ ਯਕੀਨ ਆ ਜਾਊਗਾ ਬਸ ਠੀਕ ਹੈ ਚੰਗਾ
मैं हुण किवें गल्लां सुणा इन्हां दीआं सुणनीआं तां पैणगीआं चलो उधर ते जांदी आं उत्थे जाके करदी आं बंद कुड़ी मैं तो सुखपाल नाल गल्लां करी जांदी सी मैं कहा चल तू कर लै कम मैं बेबे कोले बहनी आ अच्छा अच्छा मैं भी अज जाऊंगी बेबे लै कुड़े रह जांदी इक अद्धा दिन होर मैं फेर मारू बेबे गेड़ा मैं कहड़ा बाला टाइम पाउनी फेर आ जाऊंगी चल हां कर ली फिर मैं तो गल करदी सी बेबे आपां जस्से दा किसे ढंग नाल तलाक करा दीए हाँ वो तो फिर जरूरी है जे आपां बचाउणा फिर तां तलाक करवाउणा पऊ इह कम तां जे तूं करदे राणी बहुत पुन्न लगूगा ना ना बेबे ये काम नहीं करना आपां की कर दिया सुखपाल इत्थे मैं तां ते कुत्ते वाले फिरदे ते भैणे ओह ढक्कर दीती अच्छा अच्छा भज गए हाँ हाँ भज गए भैणे मैनू तेरी गल दी समझ जी नहीं लगी ना तू की कहंदी सी ना ना ये काम नहीं करना आपां नहीं बेबे मेरे कहण दा मतलब ये सी भी वह मुंडे दा आपां जस्से दा तलाक करवाउणा है भी वह कातल जनानी घरे नहीं रहण देनी अच्छा अच्छा फिर मैं ही नहीं समझी ਮੈਨੂੰ ਸਮਝੇ ਨਹੀਂ ਆਈ ਗੱਲ ਦੀ ਮੈਂ ਆਖਿਆ ਕਿਤੇ ਕਹਿੰਦੀ ਤਲਾਕ ਕਰਾਉਣਾ ਨਹੀਂ ਆਪਾਂ ਨਾ ਨਾ ਬੇਬੇ ਤਲਾਕ ਤਾਂ ਉਹ ਮੁੰਡੇ ਦਾ ਕਰਾਉਣੀ ਕਰਾਉਣਾ ਨਹੀਂ ਤਾਂ ਫਿਰ ਉਹ ਮੁੰਡੇ ਦੀ ਜਾਨ ਨੂੰ ਖਤਰਾ ਵਿਚਾਰੇ ਦੀ ਨੂੰ ਸਹੀ ਗੱਲ ਹੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਤੀ ਵੀ ਬੇਬੇ ਇਹੀ ਜਿਹੀ ਨਿਕਲ ਸਕਦੀ ਹੈ ਮੈਂ ਇਹਦੀ ਇੰਨੀ ਸੇਵਾ ਕਰਦੀ ਰਹੀ ਇਹਦਾ ਮਤਲਬ ਮੈਂ ਤਾਂ ਸੱਪਣੀ ਨੂੰ ਦੁੱਧ ਪਿਆਉਂਦੀ ਰਹੀ ਇਹ ਪਤਾ ਨਹੀਂ ਮਾਂ ਪੁੱਤ ਦੋਨੇ ਕੀ ਸਿਆਸਤਾਂ ਲਾਉਂਦੇ ਰਹੇ ਮੇਰੇ 'ਤੇ ਇਹਨਾਂ ਦਾ ਕੀ ਹੈ ਇਹ ਤਾਂ ਮੇਰੇ ਤੋਂ ਤਲਾਕ ਲੈ ਕੇ ਮੁੰਡੇ 'ਤੇ ਕਬਜ਼ਾ ਕਰਕੇ ਬਹਿ ਜਾਣਗੇ ਕੀ ਪਤਾ ਇਹਨਾਂ ਦਾ ਮੁੰਡਾ ਵੀ ਨਾ ਮੈਨੂੰ ਦੇਣਾ ਚੰਗਾ ਭਾਬੀ ਫਿਰ ਚੰਗਾ ਭੈਣ ਚੰਗਾ ਬੇਬੇ ਚੰਗਾ ਚੰਗਾ ਬਈ ਚੱਲ ਚੜਾਇਆ ਮੈਂ ਉੱਥੇ ਤੱਕ ਤੈਨੂੰ ਪੁੱਤਾ ਆ ਜਾ ਸੁਖਪਾਲ ਪੁੱਤ ਚਾਹ ਹੀ ਬਣਾ ਲੈ ਥੋੜ੍ਹੀ ਜੀ ਬਣਾ ਲੈਣੀ ਆ ਸੁਖਪਾਲ ਪੁੱਤਾ ਭਾਂਡੇ ਧਰ ਕੇ ਮੇਰੇ ਸਿਰ ਬਾਹ ਦੇਂਗੀ ਬਾਹ ਦਾਨੀ ਆ ਇਹ ਗੁੱਸੇ ਜਿਹੇ ਚ ਕੀ ਕਹਿਣ ਲੱਗੀ ਤੀ ਲੈ ਬੇਬੇ ਕੀ ਗੱਲ ਹੈ ਸੁਖਪਾਲ ਸਿਹਤ ਠੀਕ ਹੈ ਪੁੱਤਾ ਹਾਂ ਠੀਕ ਹੈ ਕਿਵੇਂ ਸੁਖਪਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂ ਠੀਕ ਆ ਤੇਰੀ ਬੇਬੇ ਗੁਰਦੁਆਰੇ ਗਈ ਹੋਈ ਹੈ ਬੇਬੇ ਚਾਚੀ ਅੱਛਾ ਗੁਰਦੁਆਰੇ ਗਈ ਹੈ ਹਾਂ ਆ ਜਾਓ ਬਹਿ ਜਾਓ ਆ ਬਹਿ ਜਾਓ ਮੰਜੇ ਤੇ ਮੈਂ ਤੋਇਆ ਮਾਂ ਹੋਰ ਸੁਣਾਓ ਵਧੀਆ ਸੁਖਪਾਲ ਹੋਰ ਤੁਸੀਂ ਦੱਸੋ ਹਾਂ ਹਾਂ ਠੀਕ ਠਾਕ ਵਧੀਆ ਹੋਰ ਪਾਣੀ ਲਿਆਵਾਂ ਚਾਚੀ ਨਾ ਨਾ ਪਾਣੀ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਗੁਰਦੁਆਰੇ ਗਈ ਨੂੰ ਆ ਹੁਣੀ ਗਈ ਹੈ ਬਸ 10-20 ਮਿੰਟ ਹੋਏ ਨੇ ਅੱਛਾ ਚਲ ਚੰਗਾ ਹੈ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਜਾਂਦੀ ਹੈ ਵਿਚਾਰੀ ਬਹੁਤ ਟਾਈਮ ਹੋ ਗਿਆ ਇਹਨਾਂ ਜਾਂਦੀ ਨੂੰ ਆਹੋ ਜਾਣਦੀ ਹਾਂ ਮੈਂ ਕਿਉਂ ਕੀ ਗੱਲ ਹੋ ਗਈ ਸੁਖਪਾਲ ਨਾ ਕੁਛ ਨਹੀਂ ਚਾਚੀ ਨਾ ਸੁਖਪਾਲ ਕੋਈ ਗੱਲ ਤਾਂ ਹੈਗੀ ਹੈ ਮੇਰੀ ਗੱਲ ਸੁਣ ਚਾਚੀ ਸੱਚੋ ਸੱਚ ਦੱਸੀ ਬੇਬੇ ਮੇਰੇ ਬਾਰੇ ਤੇਰੇ ਕੋਲ ਕੀ ਗੱਲਾਂ ਕਰਦੀ ਹੁੰਦੀ ਹੈ ਗੱਲਾਂ ਤਾਂ ਕੀ ਕਰਦੀ ਹੁੰਦੀ ਹੈ ਕੁੜੇ ਆਈ ਕਹਿੰਦੀ ਹੁੰਦੀ ਸੁਖਪਾਲ ਬਹੁਤ ਚੰਗੀ ਹੈ ਮੇਰੀ ਗੱਲ ਸੁਣ ਚਾਚੀ ਤੂੰ ਦੇਖ ਕਿੱਦਾਂ ਦੇ ਸਾਡੇ ਘਰੇ ਆਉਣੀ ਹੈ ਮੈਂ ਤੇਰੀ ਕਿੰਨੀ ਇੱਜ਼ਤ ਕਰਦੀ ਹਾਂ ਚਾਚੀ ਮੈਨੂੰ ਐਂ ਦੱਸ ਮੇਰੀ ਬੇਬੇ ਸੱਚੀ ਤੇਰੇ ਕੋਲ ਮੇਰੀ ਤਾਰੀਫ ਕਰਦੀ ਹੈ ਸੁਖਪਾਲ ਦੱਸ ਤਾਂ ਮੈਂ ਦੇਵਾਂਗੀ ਸਹੁੰ ਖਾਣੀ ਪਊਗੀ ਤੈਨੂੰ ਮੇਰਾ ਨਾਂ ਨਹੀਂ ਆਉਣਾ ਚਾਹੀਦਾ ਮੈਂ ਸਹੁੰ ਖਾਣੀ ਚਾਚੀ ਜੇ ਤੇਰਾ ਨਾਂ ਲਵਾਂ ਨਾ ਸੁਖਪਾਲ ਕਦੇ ਵੀ ਤੇਰੀ ਬੇਬੇ ਨੇ ਤੇਰੀ ਤਾਰੀਫ ਨਹੀਂ ਕਰੀ ਉਹ ਤਾਂ ਤੈਨੂੰ ਸਹੁੰਗਾ ਨਾਫ਼ਰਤ ਕਰਦੀ ਹੈ ਤੇਰਾ ਤਾਂ ਜੱਸੇ ਦਾ ਤਲਾਕ ਕਰਾਉਣਾ ਚਾਹੁੰਦੀ ਹੈ ਉਹ ਕਿਸੇ ਢੰਗ ਨਾਲ ਹੁਣ ਮੈਂ ਤੈਨੂੰ ਸਾਰੀ ਗੱਲ ਦੱਸਤੀ ਮੇਰਾ ਕਿਸੇ ਵੀ ਗੱਲ 'ਚ ਨਾਂ ਨਾ ਆਵੇ ਦੇਖ ਸੁਖਪਾਲ ਤੇਰੀ ਬੇਬੇ ਨਾਲ ਮੇਰੀ ਬਣਦੀ ਬਹੁਤ ਹੈ ਨਾ ਤੂੰ ਬੇਫਿਕਰ ਹੋ ਜਾ ਚਾਚੀ ਵਿਸ਼ਵਾਸ ਰੱਖ ਮੇਰੇ 'ਤੇ ਚੱਲ ਚੁੱਪ ਕਰ ਜਾ ਤੇਰੀ ਬੇਬੇ ਆਉਂਦੀ ਹੈ ਹੋਰ ਕਿਵੇਂ ਤੇਜੋ ਭੈਣੀ ਠੀਕ ਹੈ ਭੈਣੇ ਗੁਰਦੁਆਰੇ ਵਾਗੀ ਤੀ ਹੈ ਹਾਂ ਗੁਰਦੁਆਰੇ ਵਾਗੀ ਸੀ ਭੈਣੇ ਲੈ ਪ੍ਰਸਾਦ ਲੈ ਲਓ ਲਿਆ ਭੈਣੇ ਆ ਜਾ ਆਪਾਂ ਉਹ ਮੰਜੇ ਤੇ ਬਹਿ ਜਾਣੇ ਭੈਣੇ ਚੱਲ ਭੈਣੇ ਆ ਜਾਓ ਬਹਿ ਜਾ
ਸੁਖਪਾਲ ਅੱਜ ਚੌਲ ਹੀ ਬਣਾ ਲੈ ਨਾ ਤੂੰ ਆਪ ਬਣਾ ਲੈ ਤੇਰੇ ਹੱਥ ਹੈ ਨੀ ਬੇਬੇ ਤੂੰ ਬੋਲਦੀ ਕਿਵੇਂ ਤੈਨੂੰ ਬੋਲਣ ਦੀ ਅਕਲ ਹੈ ਨੀ ਸੁਖਪਾਲ ਨਾ ਤੈਨੂੰ ਤਾਂ ਅਕਲ ਬਹੁਤ ਹੈ ਮੈਂ ਚਪੇੜਾ ਮਾਰੂ ਮੂੰਹ ਤੇ ਤੂੰ ਬੋਲਦੀ ਕਿਵੇਂ ਹੈ ਨਾ ਤੈਨੂੰ ਕੀ ਹੋ ਗਿਆ ਅੱਜ ਮੈਂ ਤੈਨੂੰ ਕੀ ਕਿਹਾ ਅੱਜ ਤੱਕ ਤਾਂ ਤੇ ਕੋਈ ਗੱਲ ਨਹੀਂ ਕਰੀ ਮੇਰੇ ਨਾਲ ਇਹ ਜੀ ਮਾੜਾ ਮੋਟਾ ਅਕਲ ਨਾਲ ਗੱਲ ਕਰੀ ਨਹੀਂ ਹੁੰਦੀ ਹੈ ਮੈਂ ਤਾਂ ਲੋਕਾਂ ਕੋਲੇ ਤੇਰੀਆਂ ਤਰੀਫਾਂ ਕਰਦੀ ਨਹੀਂ ਰੱਜਦੀ ਆਹੋ ਕਰਦੀਆਂ ਤਰੀਫਾਂ ਲੋਕਾਂ ਕੋਲੇ ਮੇਰੀਆਂ ਮੂੰਹ ਤੇ ਰਾਮ ਰਾਮ ਬਗਲ ਚ ਛੁਰੀ ਮੈਂ ਤੂੰ ਥਪੇੜੇ ਨਾ ਖਾ ਲਈ ਸੁਖਪਾਲ ਮੈਂ ਤੈਨੂੰ ਦੱਸਤਾ ਤੂੰ ਮਾਰ ਕੇ ਦੇਖ ਲੈ ਬੁੜੀਏ ਮੇਰੇ ਥਪੇੜੇ ਨਹੀਂ ਠਹਿਰ ਜਾ ਤੂੰ ਆ ਜਾ ਫਿਰ ਖੜ ਜਾ ਤੂੰ ਫਿਰ ਖੜ ਜਾ ਮੈਂ ਤਾਂ ਕਹਿੰਦੀ ਨਹੀਂ ਆ ਕੀ ਕਹਿਣਾ ਨਹੀਂ ਤੂੰ ਮੇਰੀ ਬਾਹ ਛੱਡ ਦੇ ਹੁਣ ਹਟ ਜਾ ਤੂੰ ਹੁਣ ਬੋਲ ਨਹੀਂ ਹਟ ਜਾ ਤੂੰ ਹੋਰ ਹੁਣ ਨਹੀਂ ਹੁਣ ਬੋਲ ਨਹੀਂ ਤੂੰ ਮੇਰੀ ਬਾਹ ਮੋੜ ਨਹੀਂ ਛੱਡ ਦੇ ਉੱਠ ਨਹੀਂ ਤੂੰ ਹੁਣ ਛੱਡਾ ਨਹੀਂ ਤੂੰ ਛੱਡ ਦੇ ਨਹੀਂ ਤੂੰ ਛੱਡ ਦੇ ਛੱਡ ਦੇ ਸੁਪਾਲ ਛੱਡ ਦੇ ਛੱਡਾਵੇਂ ਦੱਸਿਆ ਮੈਂ ਨਹੀਂ ਛੱਡਦੀ ਛੱਡ ਦੇ ਮੈਂ ਛੱਡ ਦੇ ਮੈਂ ਗਿੱਚੀ ਚ ਮਰ ਛੱਡ ਦੇ ਮੈਂ ਕਿ ਦੇਖਾ ਜਿਵੇਂ ਛੱਡਦੀ ਫਿਰ ਤੂੰ ਤਾਂ ਉਹਦੀ ਮਾਂ ਦੀ ਪੱਖ ਲੈਣਾ ਪਹਿਲਾਂ ਹੀ ਮੇਰੇ ਖਿਲਾਫ ਏਸੀ ਦਾ ਪੱਖ ਲੈਂਦਾ ਆਇਆ ਉਹਦੀ ਮਾਂ ਦਾ ਕੀ ਪੱਖ ਲੈਂਦਾ ਆ ਮੇਰੇ ਸਾਲੇ ਜੀ ਹੋਰੀ ਪਕਾਈ ਮਾਰੀ ਜਾਂਦੀ ਹੈ ਬਹਿਣਾ ਬਹਿਣਾ ਤਾਂ ਕਰਿਆ ਤੂੰ ਵੀ ਟੱਕਿਆ ਕੀ ਰੇ ਬੋਲ ਜੀ ਕਿਵੇਂ ਤੂੰ ਬੋਲ ਜੀ ਕਿਵੇਂ ਨਿਕਲ ਜਾ ਮੇਰੇ ਘਰੋਂ ਮੈਂ ਮੁੜ ਕੇ ਤੇਰਾ ਮੂੰਹ ਕੀ ਦੇਖਣਾ ਚੰਗਾ ਫਿਰ ਮੈਂ ਜਾਣੀ ਆ ਮਾਉਂਦੀ ਮੇਰੀ ਮੁੜ ਕੇ ਨਹੀਂ ਮੈਂ ਤਾਂ ਤੇਰੀ ਗੱਲ ਸੁਣ ਕੇ ਹੈਰਾਨ ਹੀ ਰਹਿ ਗਈ ਇਹ ਸਾਰੀ ਉਮਰ ਮਾਂ ਪੁੱਤ ਸ਼ਾਸਤ ਹੀ ਲਾਉਂਦੇ ਰਹੇ ਤੇਰੇ ਤੇ ਪਰ ਤੂੰ ਮੈਨੂੰ ਐ ਕਿਉਂ ਨਹੀਂ ਦੱਸਦੀ ਵੀ ਤੈਨੂੰ ਦੱਸਿਆ ਕਿਹਨੇ ਐ ਉਹ ਤਾਂ ਬੇਬੇ ਮੈਂ ਤੈਨੂੰ ਕਿਸੇ ਕੀਮਤ ਨਹੀਂ ਦੱਸ ਸਕਦੀ ਮੈਂ ਗੁਰੂ ਘਰ ਦੇ ਸੰਗ ਖਾਦੀ ਹੋਈ ਹੈ ਜਿਹੜੇ ਹੀ ਭਲੇ ਮਾਨਸ ਨੇ ਮੈਨੂੰ ਦੱਸੇ ਨੇ ਇਹ ਰਾਜ ਮੈਂ ਉਹਨੂੰ ਸਾਰਿਆਂ ਦੇ ਸਾਹਮਣੇ ਨਹੀਂ ਲਿਆ ਸਕਦੀ ਕਮਾਲ ਦੀ ਗੱਲ ਹੈ ਭੈਣੇ ਜੇ ਕੱਲ ਨੂੰ ਪੰਚਾਇਤਾਂ ਹੀ ਬੈਠਣਗੀਆਂ ਅਗਲੇ ਤਾਂ ਆਪਾਂ ਨੂੰ ਕਹਿਣਗੇ ਵੀ ਮੂੰਹ ਤੇ ਲਿਆਓ ਬੰਦਾ ਫਿਰ ਆਪਾਂ ਹੀ ਕਰਾਂਗੇ ਕੋਈ ਪੰਚਾਇਤਾਂ ਬੈਠੀ ਜਾਣ ਮੈਂ ਉਹਦਾ ਨਾਮ ਨਹੀਂ ਦੱਸ ਸਕਦੀ ਬਾਕੀ ਨਾਮ ਉਸ ਘਰੇ ਹੁਣ ਜਾਣਾ ਕੱਲ ਨੂੰ ਕੋਈ ਮੈਨੂੰ ਵੱਡਾ ਇਲਜ਼ਾਮ ਲਾ ਕੇ ਕੱਢਣਗੇ ਉਹਦੇ ਨਾਲ ਚੰਗਾ ਮੈਂ ਉੱਥੇ ਜਾਵੀ ਨਾ ਬਸ ਮੈਂ ਆਪਦੇ ਮੁੰਡੇ ਨੂੰ ਹੋਸਟਲ 'ਚ ਲੈ ਆਉਣਾ ਮੈਂ ਇਹਨੂੰ ਆਪਦਾ ਮੁੰਡਾ ਨਹੀਂ ਦੇਣਾ ਨਹੀਂ ਬੇਬੇ ਜਿਹੜੀ ਗੱਲ ਤੈਨੂੰ ਸੁਖਪਾਲ ਨੇ ਦੱਸੀ ਹੈ ਬਿਲਕੁਲ ਝੂਠ ਹੈ ਮੈਂ ਜਾਂ ਬੇਬੇ ਸੁਖਪਾਲ ਤੋਂ ਤਲਾਕ ਲੈਣ ਬਾਰੇ ਤਾਂ ਕਦੇ ਸੋਚ ਹੀ ਨਹੀਂ ਸਕਦੇ ਇਹ ਕੋਈ ਸਾਜ਼ਿਸ਼ ਰਚੀ ਗਈ ਹੈ ਇਸੇ ਗੱਲ ਦੀ ਮਾਰੀ ਨੇ ਤਾਂ ਮੈਂ ਤੈਨੂੰ ਸੱਦਿਆ ਪੁੱਤ ਜੇ ਪੁੱਤੇ ਤੁਹਾਡੇ ਖਿਲਾਫ਼ ਸਾਜ਼ਿਸ਼ 'ਚ ਰਚੀ ਹੈ ਤਾਂ ਫਿਰ ਰਚੀ ਕਿਹਨੇ ਪਤਾ ਤਾਂ ਇਹੀ ਕਰਨਾ ਪੁੱਤ ਆਖਰ ਸੁਖਪਾਲ ਦਾ ਦਿਮਾਗ ਕਿਹਨੇ ਖਰਾਬ ਕਰਤਾ ਇਹ ਤਾਂ ਫਿਰ ਤੁਸੀਂ ਪੁੱਛੋ ਬੇਬੇ ਸੁਖਪਾਲ ਨੂੰ ਵੀ ਤੈਨੂੰ ਭੜਕਾਇਆ ਕਿਹਨੇ ਉਹਨੇ ਤਾਂ ਦੱਸਣਾ ਨਹੀਂ ਪੁੱਤ ਦੁਸ਼ਮਣ ਹੁਸ਼ਿਆਰ ਬਹੁਤ ਹੈ ਉਹਨੇ ਤਾਂ ਪੁੱਤ ਸੁਖਪਾਲ ਨੂੰ ਗੁਰਦੁਆਰੇ ਦੀ ਸਹੁੰ ਖਵਾਈ ਹੈ ਤੈਨੂੰ ਪਤਾ ਹੀ ਹੈ ਪੁੱਤ ਗੁਰਦੁਆਰੇ ਦੀ ਸਹੁੰ ਸੁਖਪਾਲ ਨੇ ਤੋੜਨੀ ਨਹੀਂ ਅੱਛਾ ਫਿਰ ਹੁਣ ਪਤਾ ਕਿਵੇਂ ਲੱਗੂ ਪਤਾ ਤਾਂ ਪੁੱਤ ਸਭ ਕਰ ਲਾਂਗੇ ਤੂੰ ਮੈਨੂੰ ਆਪਦਾ ਦਿਮਾਗ ਲੜਾ ਕੇ ਐਂ ਦੱਸ ਪਿਛਲੇ ਦਿਨਾਂ 'ਚ ਸੁਖਪਾਲ ਦਾ ਮੇਲ ਜੋਲ ਕਿਹੜੇ ਕਿਹੜੇ ਲੋਕਾਂ ਨਾਲ ਹੋਇਆ ਮੇਲ ਜੋਲ ਤਾਂ ਕਿਹਦੇ ਨਾਲ ਹੋਣਾ ਬੇਬੇ ਤਾਂ ਘਰੋਂ ਹੀ ਨਹੀਂ ਨਿਕਲਦੀ ਆਂਢ ਗੁਆਂਢ 'ਚ ਕਿਸੇ ਬੁੜੀ ਕੋਲੇ ਨਹੀਂ ਜਾਂਦੀ ਫਿਰ ਤੁਹਾਡੇ ਘਰੇ ਕੌਣ ਕੌਣ ਆਇਆ ਸੀ ਪੁੱਤ ਐਂ ਦੱਸ ਦੇ ਸਾਡੇ ਘਰੇ ਤਾਂ ਕੌਣ ਆਉਂਦਾ ਸਾਡੇ ਤਾਂ ਰਾਣੀ ਆਈ ਤੀ ਜਾਂ ਤਾਂ ਭੈਣ ਮੇਰੀ ਜਾਂ ਗਵਾਂਢੋਂ ਇੱਕ ਚਾਚੀ ਹੈਗੀ ਤੇ ਜੋ ਉਹ ਆਉਂਦੀ ਜਾਂਦੀ ਰਹਿੰਦੀ ਹੈ ਸਾਨੂੰ ਸਭ ਵਰਤਦੀ ਹੈ ਵਧੀਆ ਸਾਡੇ ਨਾਲ ਸਕਿਆ ਮੰਗੂ ਉਹ ਆਉਂਦੀ ਹੁੰਦੀ ਹੈ ਸੋਚ ਕੇ ਦੱਸ ਪੁੱਤ ਤੁਹਾਡੇ ਘਰੇ ਕੋਈ ਹੋਰ ਵੀ ਆਇਆ ਹੋਊਗਾ ਨਾ ਬੇਬੇ ਬਿਲਕੁਲ ਹੀ ਨਹੀਂ ਮੈਨੂੰ ਪੱਕਾ ਪਤਾ ਹੈ ਕੋਈ ਵੀ ਨਹੀਂ ਆਇਆ ਫਿਰ ਪੁੱਤ ਗੁੱਸਾ ਨਾ ਕਰੀ ਮੈਨੂੰ ਚੱਕ ਤੁਹਾਡੀ ਗਵਾਂਢਣ ਤੇ ਲੱਗਦਾ ਸੁਖਪਾਲ ਨੂੰ ਉਸੇ ਨੇ ਭੜਕਾਇਆ ਹੋਊਗਾ ਨਾ ਨਾ ਬੇਬੇ ਕਿਹੜੀ ਗੱਲ ਕਰਤੀ ਤੂੰ ਚਾਚੀ ਦੀ ਤਾਂ ਬੇਬੇ ਨਾਲ ਭੈਣ ਵਾਲੀ ਗੱਲ ਹੈ ਉਹਦੇ ਤਾਂ ਸਾਨੂੰ ਬਹੁਤ ਵਿਸ਼ਵਾਸ ਹੈ ਦੇਖ ਜੱਸੇ ਵਿਸ਼ਵਾਸ ਤਾਂ ਤੁਹਾਨੂੰ ਸੁਖਪਾਲ ਤੇ ਵੀ ਸੀ ਵੀ ਸਾਡੇ ਵਿਰੁੱਧ ਹੋ ਹੀ ਨਹੀਂ ਸਕਦੀ ਹੋ ਗਈ ਨਾ ਤੂੰ ਐਂ ਕਰੀ ਪੁੱਤ ਮੈਂ ਤੁਹਾਡੇ ਪਿੰਡ ਆਊਂਗੀ ਇੱਕ ਵਾਰੀ ਮੈਂ ਤੇਰੀ ਚਾਚੀ ਨੂੰ ਮਿਲਣਾ ਕੋਈ ਨਾ ਬੇਬੇ ਆ ਜੀ ਆਊਂਗੀ ਪੁੱਤ ਮੈਂ ਆਊਂਗੀ ਛੇਤੀ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਬਾਹਲੇ ਦਿਨ ਨਹੀਂ ਪਾਉਂਦੀ ਠੀਕ ਹੈ ਬੇਬੇ ਆ ਜੀ ਕੋਈ ਹਾਂ ਹਾਂ ਭੈਣ ਜੀ ਦੱਸੋ ਕੀ ਗੱਲ ਕਰਨੀ ਹੈ ਦੇਖ ਮੈਨੂੰ ਸੁਖਪਾਲ ਨੇ ਸਾਰੀ ਗੱਲ ਦੱਸਤੀ ਤੈਨੂੰ ਤਾਂ ਸੱਦਿਆ ਮੈਂ ਕੀ ਗੱਲ ਦੱਸਤੀ ਵੀ ਉਹਨੂੰ ਕਿਹਨੇ ਜੱਸੇ ਤੇ ਭੈਣ ਜੀ ਦੇ ਖਿਲਾਫ ਕੀਤਾ ਝੂਠ ਬੋਲਦੀ ਆ ਉਹ ਮੈਂ ਭੈਣ ਦੇ ਖਿਲਾਫ ਕੁਛ ਨਹੀਂ ਕਿਹਾ ਕੁਛ ਤਾਂ ਤੂੰ ਕਹਿ ਹੀ ਹੋਊਗਾ ਭੈਣੇ ਮੈਂ ਕੁਛ ਨਹੀਂ ਕਿਹਾ ਸੋਚ ਲੈ ਤੂੰ ਹਜੇ ਵੀ ਭੈਣੇ ਕੋਈ ਨਾ ਜੇ ਆਹ ਗੱਲ ਹੈ ਮੇਰੇ ਖਿਲਾਫ ਨਜਾਇਜ਼ ਉਂਗਲ ਲਾ ਹੀ ਦਿੱਤੀ ਉਹਨੇ ਸੋਨੂੰ ਫਿਰ ਮੈਂ ਦੱਸਦੀ ਆ ਸਾਰੀ ਚਹਿਲ ਰਾਣੀ ਦੀ ਹੈ ਰਾਣੀ ਮੇਰੇ ਕੋਲੇ ਘਰੇ ਗਈ ਸੀ ਮੇਰੀ ਗੱਲ ਸੁਣ ਚਾਚੀ ਮੰਨਿਆ ਮੇਰੀ ਬੇਬੇ ਨਾਲ ਤੇਰਾ ਬਹੁਤ ਪਿਆਰ ਹੈ ਪਰ ਮੇਰੇ ਨਾਲ ਵੀ ਪਿਆਰ ਹੈਗਾ ਹੀ ਹੈ ਹਾਂ ਹਾਂ ਰਾਣੀ ਮੈਂ ਕਦੋਂ ਮੁੱਕਰਦੀ ਆ ਦੇਖ ਚਾਚੀ ਤੈਨੂੰ ਗਹਿਣਾ ਦਾ ਬਾਲਾ ਸ਼ੌਂਕ ਹੈ ਨਾ ਤੈਨੂੰ ਪੂਰੇ ਇੱਕ ਤੋਲੇ ਦੀਆਂ ਵਾਲੀਆਂ ਕਰਾ ਕੇ ਦੇਊਂ ਪਰ ਤੈਨੂੰ ਇੱਕ ਮੇਰਾ ਕੰਮ ਕਰਨਾ ਪਊ ਅੱਛਾ ਤੋਲੇ ਦੀਆਂ ਵਾਲੀਆਂ ਹਾਂ ਉਹ ਵੀ 24 ਕੈਰੇਟ ਦੀਆਂ
ਤੂੰ ਮੈਨੂੰ ਕੰਮ ਦੱਸ ਛੇਤੀ। ਤਕਪਾਲ ਦਾ ਜੱਸੇ ਤੇ ਬੇਬੇ ਦੇ ਖਿਲਾਫ ਦਿਮਾਗ ਖਰਾਬ ਕਰਨਾ ਹੈ। 80% ਤਾਂ ਮੈਂ ਕਰ ਦੂੰ, 20% ਤੂੰ ਕਰਨਾ ਹੈ। ਕੋਈ ਚੱਕਰ ਹੀ ਨਹੀਂ ਹੈਗਾ, ਤੂੰ ਬਾਰੀਆਂ ਤਿਆਰ ਰੱਖ। ਰਾਣੀ ਇਹੋ ਜਿਹੀ ਨਿਕਲੀ ਦੇਖ ਲੈ, ਇਹ ਭੈਣ ਨੇ ਘਰ ਹੀ ਪੱਟਤਾ ਭਾਈ ਦਾ। ਤੇ ਜੇ ਤੂੰ ਉਹਨੂੰ ਕਿਸੇ ਲੋਟ ਇੱਥੇ ਸੱਦ, ਉਹਨੂੰ ਸ਼ੱਕ ਨਾ ਪਵੇ ਵੀ ਪਤਾ ਲੱਗਾ ਮੇਰੇ ਬਾਰੇ। ਠੀਕ ਹੈ, ਮੈਂ ਸੱਦੀ ਹਾਂ ਭੈਣੇ ਫਿਰ ਉਹਨੂੰ। ਮੈਂ ਵੀ ਸੱਦੀ ਹਾਂ ਫਿਰ ਸੁਖਪਾਲ ਨੂੰ। ਕਿਵੇਂ ਸਾਰੇ ਇਕੱਠੇ ਹੋਏ ਬੈਠੇ ਹੋ? ਕਿਉਂਕਿ ਸਾਨੂੰ ਪਤਾ ਲੱਗ ਗਿਆ ਰਾਣੀ ਤੇਰੀ ਕਾਰਸਤਾਨੀ ਦਾ। ਹੈ ਕਿਹੜੀ ਕਾਰਸਤਾਨੀ ਦਾ? ਜਿਹੜਾ ਸੁਖਪਾਲ ਨੂੰ ਸਾਡੇ ਖਿਲਾਫ ਭੜਕਾਇਆ ਤੂੰ। ਜਾਣੀ ਗੁਰੂ ਘਰ ਦੀ ਸੌਂ ਵੀ ਤੋੜਤੀ ਤੂੰ। ਇਹਨੇ ਕੋਈ ਸੌਂ ਨਹੀਂ ਤੋੜੀ, ਕੋਈ ਇਹਨੇ ਨਾਂ ਨਹੀਂ ਲਿਆ ਤੇਰਾ। ਤੇਰਾ ਤਾਂ ਨਾਂ ਤੇਜੋ ਨੇ ਲਿਆ। ਬਾਕੀ ਤੇਜੋ ਤੇਰਾ ਨਾਮ ਨਹੀਂ ਲਿਆ ਸੁਖਪਾਲ ਨੇ, ਤੂੰ ਤਾਂ ਆਪਦੇ ਪੈਰੋਂ ਆਪ ਹੀ ਨਿਕਲ ਗਈ, ਤਾਂ ਨਾਂ ਲੈਤਾ ਰਾਣੀ ਦਾ। ਸਿੱਧੀ ਹੋ ਕੇ ਮੇਰੀ ਬਾਲੀਆਂ ਮੋੜਦੇ ਚਾਚੀ। ਜੇ ਮੈਂ ਨਹੀਂ ਮੋੜਦੀ, ਵੱਡੀ ਬਣੀ ਫਿਰਦੀ ਆ, ਹੈ ਜੇ ਬੋਲਦੀ ਆ। ਰਾਣੀ ਕਰ ਗਈ ਨਾ ਮਤਰੇਈ ਵਾਲੀ ਗੱਲ, ਮੈਂ ਤਾਂ ਤੈਨੂੰ ਜ਼ਿੰਦਗੀ 'ਚ ਕਦੇ ਮਤਰੇਈ ਧੀ ਨਹੀਂ ਸਮਝਿਆ ਤੀ। ਤੂੰ ਜਾਣਦੇ ਜਾਣਦੇ ਬੇਬੇ ਮੈਂ ਸਭ ਜਾਣਦੀ ਹਾਂ, ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਤੀ ਵੀ ਮੇਰੇ ਪ੍ਰਤੀ ਐਡਾ ਭਾਪ ਹੋਊ ਤੁਹਾਡੇ ਢਿੱਡ 'ਚ। ਤੁਸੀਂ ਮੇਰਾ ਵਿਆਹ ਕਰਤਾ, ਮੇਰੇ ਜਵਾਕ ਵੀ ਹੋ ਗਏ, ਇੰਨਾ ਚਿਰ ਹੋ ਗਿਆ, ਥੋੜ੍ਹੇ ਮਹੀਨੇ ਪਹਿਲਾਂ ਪਤਾ ਲੱਗਿਆ ਮੈਨੂੰ ਤਾਂ ਵੀ ਤੁਸੀਂ ਦੋਨੇ ਮਾਂ ਪੁੱਤ ਮੇਰੇ ਨਾਲ ਵਿਤਕਰਾ ਕਰਦੇ ਸੀ ਜਦ ਮੈਂ ਉਰੇ ਆਈ ਹੋਈ ਸੀ ਕੇਰਾਂ। ਜੱਸੇ ਆਹ ਤਾਂ ਵਧੀਆ ਹੋ ਗਿਆ ਜਿਹੜਾ ਰਾਣੀ ਵਿਆਹ ਕਰਾ ਕੇ ਚੁੱਪ ਚਾਪ ਵੱਗ ਗਈ, ਮੈਨੂੰ ਤਾਂ ਐਂ ਡਰ ਸੀਗਾ ਵੀ ਜ਼ਮੀਨ 'ਚੋਂ ਹਿੱਸਾ ਨਾ ਮੰਗ ਲਏ। ਡਰ ਤਾਂ ਮੈਨੂੰ ਵੀ ਹੈਗਾ ਦੀ ਬੇਬੇ, ਜੇ ਮੰਗ ਲੈਂਦੀ ਫਿਰ ਕੀ ਹੁੰਦਾ ਸੀਗਾ, ਮੈਂ ਕਿਹੜਾ ਦੇਣ ਲੱਗਿਆ ਦੀ। ਹਾਂ ਹਾਂ ਆਪਾਂ ਕਿਉਂ ਦੇਣਾ ਸੀ, ਆਪਣੀ ਕੀ ਸਖੀ ਲੱਗਦੀ ਤੀ ਉਹ। ਚੱਲ ਜੇ ਸਖੀ ਹੁੰਦੀ, ਜੇ ਮਾੜੀ ਮੋਟੀ ਦੇਣੀ ਵੀ ਪੈ ਜਾਂਦੀ ਫਿਰ ਕੋਈ ਦੁੱਖ ਵੀ ਨਹੀਂ ਸੀ ਚੱਲ ਆਪਾਂ ਨੂੰ। ਹਾਂ ਸਹੀ ਗੱਲ ਹੈ ਬੇਬੇ। ਜੇ ਮੈਨੂੰ ਐਂ ਪਤਾ ਹੁੰਦਾ ਵੀ ਮੇਰੇ ਬਾਰੇ ਤੁਹਾਡੀ ਆਹ ਸੋਚ ਹੈ ਫਿਰ ਮੈਂ ਹਿੱਸਾ ਜ਼ਰੂਰ ਲੈਂਦੀ ਜ਼ਮੀਨ 'ਚੋਂ, ਪਰ ਹੁਣ ਕੁਛ ਹੋ ਜੇ ਤੁਹਾਡਾ ਘਰ ਮੈਂ ਜਾੜਨਾ ਜ਼ਰੂਰ ਹੈ। ਬਸ ਮੈਂ ਇਸੇ ਕਰਕੇ ਤੁਹਾਡਾ ਘਰ ਜਾੜਨਾ ਚਾਹੁੰਦੀ ਸੀ, ਮੈਂ ਤੁਹਾਡੇ ਨਾਲ ਕਦੇ ਵਿਤਕਰਾ ਨਹੀਂ ਕਰਿਆ, ਤੁਸੀਂ ਮੇਰੇ ਨਾਲ ਵਿਤਕਰਾ ਕਰਦੇ ਸੀ। ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਕਿਹੜੇ ਰਿਸ਼ਤੇ ਤੇ ਇਤਬਾਰ ਕਰੀਏ, ਅੱਜ ਕੱਲ੍ਹ ਸਾਰੀ ਦੁਨੀਆ ਹੀ ਮਤ ਬੰਦੀ ਹੈ। ਮੇਰੀ ਗੱਲ ਸੁਣ ਕੁੜੀਏ, ਮੈਨੂੰ ਨਹੀਂ ਪਤਾ ਤੇਰੀ ਸੱਸ ਤੇ ਤੇਰਾ ਘਰ ਵਾਲਾ ਤੇਰੇ ਨਾਲ ਸਹੀ ਨੇ, ਚੁੱਪ ਕਰਕੇ ਆਪਦਾ ਘਰ ਵਸਾ ਕੇ ਰੱਖ। ਠੀਕ ਹੈ ਬੇਬੇ। ਤੁਸੀਂ ਆਪਦੇ ਮਨ 'ਚ ਪਾਪ ਨਹੀਂ ਰੱਖਣਾ ਤੀ ਭੈਣ ਬਾਰੇ, ਬਹੁਤ ਮਾੜਾ ਕੰਮ ਕਰਿਆ ਤੁਸੀਂ ਨੇ। ਬਹੁਤ ਸ਼ਰਮਿੰਦੇ ਹਾਂ ਅਸੀਂ, ਬਹੁਤ ਸ਼ਰਮਿੰਦੇ ਹਾਂ ਸੁਖਪਾਲ ਆ, ਕੁੜੀ ਨੂੰ ਤੋੜ ਬੈਠੇ ਆਪਦੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ, ਬੇਅੰਤ ਸਿੰਘ, ਬੱਬੀ, ਗੁਰਮੀਤ ਸਿੰਘ, ਸੁੱਖੀ ਕੌਰ ਢਿੱਲੋਂ, ਜਸਜੀਤ ਕੌਰ, ਅਮਰੀਕ ਸਿੱਧੂ, ਸੁਖਜੀਤ ਕੌਰ, ਰਣਜੀਤ ਕੌਰ, ਜੋਬਨਪ੍ਰੀਤ, ਪਰਮਜੀਤ ਸਿੰਘ, ਜਸ਼ਨ ਬਲੌਗਜ, ਹਰਜੀਤ ਕੌਰ, ਮਨਜੀਤ ਕੌਰ, ਜੈਸਮੀਨ ਧਾਲੀਵਾਲ, ਮੋਨਿਕਾ ਰਾਣੀ, ਗੁਰੀ, ਜਗਦੇਵ ਸਿੰਘ, ਰਾਜਪ੍ਰੀਤ ਸਿੰਘ, ਗੁਰਪਿੰਦਰ ਬਰਾੜ, ਕੁਲਦੀਪ ਸੰਧੂ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਣਾ ਭੁੱਲਰ, ਇੰਦਰਪਾਲ ਕੌਰ, ਪੂਨਮ ਸ਼ਰਮਾ, ਬਲਵੀਰ ਸਿੰਘ, ਸਹਿਜਵਾਜ ਚੀਮਾ, ਪ੍ਰੇਮ ਕੁਮਾਰ, ਗੋਰਾ ਮਾਨ, ਕੁਲਵਿੰਦਰ, ਹੈਪੀ ਫਾਫੜੇ ਭਾਈਕੇ, ਹਰਪ੍ਰੀਤ ਕੌਰ, ਹਰਵਿੰਦਰ ਸਿੱਧੂ, ਮਲਕੀਤ ਸਿੰਘ। ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਪਿੰਡੂ ਵਿਰਸਾ ਨੂੰ, ਘਰ ਦੀ ਰੌਣਕ ਬਣਾਇਆ ਹੋਇਆ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ, ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਿੰਡੂ ਵਿਰਸਾ ਨੂੰ, ਅਤੇ ਜੇ ਨਹੀਂ ਕਿਸੇ ਨੂੰ ਕਰਨਾ ਆਉਂਦਾ ਬਜ਼ੁਰਗ ਨੇ ਤਾਂ ਬੱਚਿਆਂ ਤੋਂ ਕਰਵਾ ਲਿਆ ਕਰੋ ਵੀ ਕਿੱਦਾਂ ਕਰਦੇ ਆ। ਕਈ ਫੋਨ 'ਤੇ ਪੁੱਛਦੇ ਰਹਿੰਦੇ ਆ ਵੀ ਸਾਨੂੰ ਕਰਨਾ ਨਹੀਂ ਆਉਂਦਾ, ਬੱਚਿਆਂ ਨੂੰ ਸਾਰਾ ਪਤਾ ਜੀ, ਕਮੈਂਟ ਕਰਨ ਦਾ ਵੀ ਅਤੇ ਸਬਸਕ੍ਰਾਈਬ ਦਾ ਵੀ, ਉਹ ਕਰਵਾ ਲਿਆ ਕਰੋ।